ਪ੍ਰਧਾਨਮੰਤਰੀ ਜਿਸ ਦਿਨ ਇਹ ਐਲਾਨ ਕਰਦੇ ਕਿ ਅਸੀਂ ਕਾਨੂੰਨ ਵਾਪਸੀ ਦਾ ਫੈਸਲਾ ਕਰ ਰਹੇ ਗੁਰਪੁਰਬ ਵਾਲੇ ਦਿਨ ਬੜਾ ਪਾਵਨ ਮੁਕੱਦਸ ਦਿਨ ਚੁਣਿਆ ਉਹਨਾਂ ਨੇ ਪਰ ਜਦੋਂ ਐਲਾਨ ਕਰਦੇ ਤਾਂ ਉਹ ਮੁਆਫੀ ਮੰਗਣ ਵੇਲੇ ਦੇਸ਼ ਦਾ ਤਾਂ ਜ਼ਿਕਰ ਕਰਦੇ ਆ ਕਿਸਾਨੀ ਦਾ ਕੋਈ ਜ਼ਿਕਰ ਨਹੀਂ ਆਉਂਦਾ ਜਿਹਦੀਆਂ ਇੰਨੀਆਂ ਕੁਰਬਾਨੀਆਂ ਹੈਗੀਆਂ ਨੇ ਆਪਾਂ ਖਾਮ ਖਾ ਤੁਸੀਂ ਉਹਨਾਂ ਨੂੰ ਦੁਸ਼ਮਣ ਦੀ ਬਣਾ ਕੇ ਬੈਠ ਜਾਣੇ ਹੈਗਾ ਸੀਗਾ ਇਹ 20 ਮਿੰਟ ਦੀ ਕਾਰਵਾਈ ਦੇ ਲਈ 1 ਸਾਲ ਤੱਕ ਦਾ ਵਕਤ ਲਾਣਾ 700 ਕਿਸਾਨਾਂ ਦੀ ਜਾਨ ਚਲੇ ਜਾਣਾ ਫਿਰ ਵੀ ਆਪਾਂ ਇਸ ਕਾਰਵਾਈ ਨੂੰ ਇੰਨੇ ਡਿਲੇ ਨੂੰ ਜਾਇਜ਼ ਮੰਨ ਸਕਦੇ ਨਹੀਂ ਮੰਨ ਸਕਦੇ ਹੈਗੇ ਜੀ ਸਰਕਾਰ ਦਾ ਰਵੱਈਆ ਜ਼ਕਰੀਆ ਖਾਨ ਵਰਗਾ ਸੀ ਮੈਂ ਇਹਦੇ ਉਹ ਨਹੀਂ ਕਮੈਂਟ ਕਰ ਸਕਦਾ ਗੱਲ ਸਿਰਫ ਇੱਕ ਤਾਕਤ ਦਾ ਗਰੂਰ ਜਿਹੜਾ ਹੈਗਾ ਕਿ ਸਰਕਾਰ ਦਾ ਉਸੇ ਤਰੀਕੇ ਦਾ ਸੀ ਮੈਨੂੰ ਗੱਲ ਪੁੱਛ ਰਿਹਾ ਹੈਗੇ ਹੋ ਇਹ ਤੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਹੈਗਾ ਪਰ ਉਹਨਾਂ ਨੂੰ ਸਮਝ ਦੇਰੀ ਨਾਲ ਆਈ ਫਿਰ ਦੇਖੋ ਕਈ ਵਾਰੀ ਗਲਤੀ ਵੀ ਹੋ ਜਾਂਦੀ ਹੈਗੀ ਨਾ NRI ਦੇ ਵਿੱਚ ਇੰਡੀਅਨ ਗਵਰਨਮੈਂਟ ਦੀ ਇਮੇਜ ਅੱਜ ਵੀ ਉਸ ਤਰ੍ਹਾਂ ਦੀ ਹੈ ਜਿਹੜੀ 1 ਸਾਲ ਪਹਿਲਾਂ ਇਹ ਸੀਗੀ ਅੱਜ ਸੁਧਾਰ ਹੋਇਆ ਜਾਂ ਹੋਰ ਮਾੜੀ ਹੋਈ ਹੈ ਦੇਖੋ ਇਹ ਚੀਜ਼ਾਂ ਇਹ ਇੰਸੀਡੈਂਟ ਹੁੰਦੇ ਹੈਗੇ ਨੇ ਇਸ ਕਰਕੇ ਸਰਕਾਰ ਪੰਜਾਬ ਨੂੰ ਸਮਝ ਪਾ ਰਹੀ ਹੈ ਜੇ ਹਲੇ ਵੀ ਨਹੀਂ ਸਮਝ ਪਾ ਰਹੀ ਹੈਗੀ ਨਾ ਫਿਰ ਤਾਂ ਟੂ ਲੇਟ ਜਸ ਟੀਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗਗਨਦੀਪ ਚੌਹਾਨ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅੱਜ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਦਾ ਨਾਂ ਪ੍ਰਵਾਸੀ ਪੰਜਾਬੀਆਂ ਦੀ ਮੁੱਢਲੀ ਸਫ਼ਾ ਵਿੱਚ ਆਉਂਦਾ ਸਾਡੇ ਨਾਲ ਮੌਜੂਦ ਨੇ ਉਹ ਸ਼ਖਸੀਅਤ ਸੁਖੀ ਚਹਿਲ ਸੁਖੀ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਤੁਹਾਨੂੰ ਔਰ ਜਸ ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਸੁਖੀ ਜੀ ਗੱਲਬਾਤ ਵੈਸੇ ਤਾਂ ਕਈ ਵਾਰ ਹੁੰਦੀ ਰਹੀ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਮਿਲਦੇ ਰਹੇ ਹਾਂ ਹਾਂਜੀ ਪਰ ਅੱਜ ਜਿਹੜਾ ਮੌਕਾ ਹੈਗਾ ਅਤੇ 1 ਸਾਲ ਪਹਿਲਾਂ ਜਿਹੜੇ ਹਾਲਾਤ ਸੀਗੇ ਜੀ ਉਸ ਦੇ ਮੁਤਲਕ ਗੱਲ ਕਰਾਂ ਅੱਜ 1 ਸਾਲ ਬਾਅਦ ਉਸ ਚੀਜ਼ ਨੂੰ ਲੈ ਕੇ ਕਿਵੇਂ ਦਾ ਲੱਗ ਰਿਹਾ ਕਿਸਾਨ ਅੰਦੋਲਨ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈਗੀ ਹੈ 1 ਸਾਲ ਹੈਗਾ ਜਿਹੜਾ ਬੜਾ ਬੜਾ ਔਖਾ ਸਮਾਂ ਸੀਗਾ ਕਿਸਾਨਾਂ ਦੇ ਲਈ ਕਿਉਂਕਿ ਆਪਾਂ ਕਿਸਾਨ ਹੈਗੇ ਹਾਂ ਜਦੋਂ ਆਪਾਂ ਨੂੰ ਬਹੁਤ ਦੁੱਖ ਹੈਗਾ ਸੀ ਉੱਥੋਂ ਕਿਸਾਨ 1 ਸਾਲ ਗਰਮੀਆਂ ਸਰਦੀਆਂ ਦੇ ਵਿੱਚ ਖੁਸ਼ੀਆਂ 'ਚ ਗਰਮੀਆਂ ਦੇ ਵਿੱਚ ਉੱਥੇ ਬੈਠੇ ਹੈਗੇ ਸੀਗੇ ਔਰ ਇੰਨਾ ਵੱਡਾ ਪ੍ਰੈਸ਼ਰ ਹੈਗਾ ਸੀਗਾ ਔਰ ਐਡੀ ਵੱਡੀ ਜੱਦੋਜਹਿਦ ਹੈਗੀ ਸੀ ਉਹਦੇ ਵਿੱਚ ਦੇਖੋ ਐਂਡ ਆਫ ਦਾ ਡੇ ਜਿਹੜੇ ਜਿਸ ਹਿਸਾਬ ਨਾਲ ਇਹਨੇ ਐਜੀਟੇਸ਼ਨ ਨੇ ਟਰਨ ਲਈ ਹੈਗੀ ਹੈ ਆਈ ਥਿੰਕ ਬੜੀ ਪੋਜ਼ਿਟਿਵ ਉਹਦੀ ਡਿਵੈਲਪਮੈਂਟ ਹੋਈ ਹੈਗੀ ਹੈ ਸਲਿਊਸ਼ਨ ਨਿਕਲਿਆ ਹੈਗਾ ਅਤੇ ਇਸ ਚੀਜ਼ ਦੀ ਆਪਾਂ ਨੂੰ ਸਾਰਿਆਂ ਨੂੰ ਖੁਸ਼ੀ ਹੋਏਗੀ ਜਿੰਨਾ ਕੁ ਜਿਹੜੇ ਬੰਦਾ ਯੋਗਦਾਨ ਪਾ ਸਕਦਾ ਹੈਗਾ ਸੀਗਾ ਸਾਰਿਆਂ ਨੇ ਪਾਇਆ ਹੈਗਾ ਇਹ ਯੋਗਦਾਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਹਾਂਜੀ ਅਤੇ ਸੁਖੀ ਚਹਿਲ ਦਾ ਨਾਂ ਵੀ ਉਹਨਾਂ ਜਿਹਨਾਂ ਲੋਕਾਂ ਨੂੰ ਅਸੀਂ ਟਿਪਸ 'ਤੇ ਗਿਣਦੇ ਹਾਂ ਜਿਨ੍ਹਾਂ ਨੇ ਅਹਿਮ ਰੋਲ ਅਦਾ ਕੀਤਾ ਹੈ ਕਿਸੇ ਵੀ ਤਰੀਕੇ ਸਾਨੂੰ ਇਹ ਪਤਾ ਹੈ ਕਿ ਕਿਸ ਕਿਸ ਤਰੀਕੇ ਤੁਸੀਂ ਰੋਲ ਅਦਾ ਕੀਤਾ ਹੈ ਪਰ ਸੁਖੀ ਚਹਿਲ ਤੋਂ ਅਸੀਂ ਜਾਣਨਾ ਚਾਹੁੰਦੇ ਹਾਂ ਦਰਸ਼ਕਾਂ ਨੂੰ ਪਤਾ ਲੱਗੇ ਕਿ ਇਹ ਅਸਲੀਅਤ ਹੈ ਕੀ ਹੈ ਦੇਖੋ ਆਪਣਾ ਇੱਕ ਘਰ ਦਾ ਮਸਲਾ ਸੀਗਾ ਇਹ ਜਿਹੜਾ ਪੰਜਾਬ ਦਾ ਮਸਲਾ ਸੀ ਪੰਜਾਬੀਆਂ ਦਾ ਮਸਲਾ ਸੀ ਕਿਸਾਨਾਂ ਦਾ ਮਸਲਾ ਹੈਗਾ ਸੀ ਮੈਂ ਵੀ ਕਿਸਾਨ ਹਾਂ ਅਸੀਂ ਵੀ ਖੇਤੀ ਕਰੀ ਹੋਈ ਹੈਗੀ ਹੈ ਸਾਡਾ ਕੰਸਰਨ ਸੀਗਾ ਜੇਕਰ ਸਾਡਾ ਜਿਹੜੇ ਤੁਸੀਂ 1-2-3 ਲੋਕਾਂ ਦੀ ਗੱਲ ਕਰਦੇ ਹੋ ਟੌਪ ਦੇ ਲੋਕਾਂ ਦੀ ਗੱਲ ਕਰਦੇ ਹੈਗੇ ਹੋ ਜਿਹੜੇ ਲੀਡਰਸ਼ਿਪ ਦੀ ਗੱਲ ਕਰਦੇ ਹੈਗੇ ਹੋ ਉਹਨਾਂ ਦੇ ਨਾਲ ਜੇ ਸਾਡਾ ਰਿਲੇਸ਼ਨ ਹੈਗਾ ਸੀਗਾ ਤਾਂ ਮੇਰਾ ਇਨਸਾਨੀਅਤ ਦੇ ਤੌਰ ਦੇ ਉੱਤੇ ਫਰਜ਼ ਬਣਦਾ ਹੈਗਾ ਸੀਗਾ ਕਿਸੇ ਨਾ ਕਿਸੇ ਤਰ੍ਹਾਂ ਇਸ ਸਿਚੁਏਸ਼ਨ ਨੂੰ ਇੱਕ ਡਾਇਲੋਗ ਦੇ ਥਰੂ ਇਹਨੂੰ ਡਿਫਿਊਜ਼ ਕਰਿਆ ਜਾਵੇ ਔਰ ਪੋਜ਼ਿਟਿਵ ਨੋਟ 'ਤੇ ਡਿਫਿਊਜ਼ ਕਰਿਆ ਜਾਵੇ ਔਰ ਜਿਸ ਹਿਸਾਬ ਨਾਲ ਇਸ ਚੀਜ਼ ਦਾ ਜਿਹੜਾ ਰਿਜ਼ਲਟ ਨਿਕਲਿਆ ਹੈਗਾ ਆਈ ਥਿੰਕ ਆਪਾਂ ਕਹਿੰਦੇ ਵੀ ਕਿਸਾਨਾਂ ਦੀ ਜਿੱਤ ਹੋਈ ਹੈਗੀ ਹੈ ਪਰ ਕਿਸਾਨਾਂ ਦੀ ਜਿੱਤ ਆਪਾਂ ਕਹਿ ਸਕਦੇ ਵੀ ਦੂਜੇ ਪਾਸੇ ਕਿਸੇ ਦੀ ਹਾਰ ਹੋਈ ਹੈ ਮੈਂ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਹੈਗਾ ਸਾਰਿਆਂ ਦੀ ਜਿੱਤ ਹੋਈ ਹੈਗੀ ਹੈ ਇਹਦੇ ਕਰਕੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਮੈਂ ਚਾਹੂੰਗਾ ਵੀ ਨੋਟ ਓਨਲੀ ਕਿ ਇਸ ਚੀਜ਼ ਦਾ ਅੱਛਾ ਸਲੂਸ਼ਨ ਨਿਕਲਿਆ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੈਂਟਰ ਸਰਕਾਰ ਜਿਹੜੀ ਹੈਗੀ ਹੈ ਅਤੇ ਉਹਨਾਂ ਨੂੰ ਨਾਲ ਲੈ ਕੇ ਸਮੇਂ ਸਮੇਂ 'ਤੇ ਜੇਕਰ ਸਾਡੀਆਂ ਸੇਵਾਵਾਂ ਦੀ ਕਿੱਥੇ ਵੀ ਜ਼ਰੂਰਤ ਪਏਗੀ ਹੈਗੀ ਪੰਜਾਬੀਆਂ ਦੇ ਲਈ ਪੰਜਾਬ ਦੇ ਲਈ ਔਰ ਪੰਜਾਬੀਆਂ ਦੇ ਲਈ ਸੁਖੀ ਚਹਿਲ ਹਮੇਸ਼ਾ ਹਾਜ਼ਰ ਰਹੇਗਾ ਹੈਗਾ ਔਰ ਹਾਜ਼ਰ ਪਹਿਲਾਂ ਵੀ ਹੈਗਾ ਸੀਗਾ ਅੱਜ ਵੀ ਹੈਗਾ ਅਤੇ ਕੱਲ੍ਹ ਵੀ ਰਹੇਗਾ ਸੈਂਟਰ ਗੌਰਮੈਂਟ ਦੇ ਨਾਲ ਤੁਹਾਡੇ ਰਿਲੇਸ਼ਨ ਜਿਸ ਤਰ੍ਹਾਂ ਦੇ ਨੇ ਜੀ ਹੋਮ ਮਿਨਿਸਟਰ ਦੇ ਨਾਲ ਗੱਲ ਕਰੀਏ ਐਗਰੀਕਲਚਰ ਮਿਨਿਸਟਰ ਦੇ ਨਾਲ ਗੱਲ ਕਰੀਏ ਤੁਹਾਡੇ ਜਿਹੜੇ ਪਰਸਨਲ ਰਿਲੇਸ਼ਨ ਨੇ ਹਾਂਜੀ ਕਿੰਨੀ ਕੁ ਵੱਡੀ ਭੂਮਿਕਾ ਰਹੀ ਹੈ ਉਸ ਰਿਲੇਸ਼ਨ ਦੀ ਇਸ ਪੂਰੇ ਸੋਲਿਊਸ਼ਨ ਦੇ ਵਿੱਚ ਦੇਖੋ ਉਹ ਤਾਂ ਇਹ ਤਾਂ ਜਗ ਜਹਰ ਦਾ ਸੀਨ ਜੇ ਗੱਲ ਕਰੀਏ ਜਗ ਜਹਰ ਔਨ ਸਕਰੀਨ ਤਾਂ ਸਾਰਾ ਕੁਝ ਪਤਾ ਹੈ ਜਿਹੜੀਆਂ ਗੱਲਾਂ ਹੋਈਆਂ ਮੈਂ ਡਿਨਾਈ ਨਹੀਂ ਕਰਦਾ ਹੈਗਾ ਮੇਰੀਆਂ ਮਲਟੀਪਲ ਮੀਟਿੰਗਾਂ ਹੋਈਆਂ ਨੇ ਪਹਿਲਾਂ ਵੀ ਹੋਈਆਂ ਨੇ ਮੈਂ 2 ਮਹੀਨੇ ਪਹਿਲਾਂ ਨਵੰਬਰ ਦਸੰਬਰ 'ਚ ਰਹਿ ਕੇ ਗਿਆ ਹੈਗਾ ਮੈਂ ਕਿਸਾਨ ਐਜੀਟੇਸ਼ਨ ਦੇ ਜਿੰਨੇ ਵੀ ਲੀਡਰਸ਼ਿਪ ਹੈਗੇ ਉਹਨਾਂ ਨੂੰ ਮਿਲਿਆ ਹੈਗਾ ਮੈਂ ਸਿੰਘੂ ਬਾਰਡਰ 'ਤੇ ਵੀ ਰਿਹਾ ਹੈਗਾ ਮੈਂ ਟਿਕਰੀ ਬਾਰਡਰ 'ਤੇ ਵੀ ਰਿਹਾ ਹੈਗਾ ਔਰ ਜਿਹੜੇ ਜਿਹੜੇ ਲੋਕਾਂ ਨੂੰ ਜਿਹੜੇ ਜਿਹੜੇ ਮੈਟਰ ਕਰਦੇ ਹੈਗੇ ਸੀ ਜਿਹੜੇ ਸਟੇਕ ਹੋਲਡਰ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਮਿਲਿਆ ਹੈਗਾ ਔਰ ਉਸ ਤੋਂ ਬਾਅਦ ਜਿਹੜੀ ਦੂਜੇ ਪਾਸੇ ਲੀਡਰਸ਼ਿਪ ਜਿਹੜੀ ਡਿਸੀਜਨ ਮੇਕਰ ਹੈਗੇ ਸੀ ਉਹਨਾਂ ਦੇ ਨਾਲ ਵੀ ਮਿਲਿਆ ਹੈਗਾ ਔਰ ਹਮੇਸ਼ਾ ਆਪਾਂ ਇੱਕ ਚੀਜ਼ ਸਮਝਾਉਂਦੇ ਰਹੇ ਹਾਂ ਵੀ ਦੇਖੋ ਪੰਜਾਬ ਪੰਜਾਬੀ ਔਰ ਪੰਜਾਬੀਅਤ ਜਿੱਥੇ ਪੰਜਾਬੀਆਂ ਦੀ ਗੱਲ ਆਉਂਦੀ ਹੈਗੀ ਹੈ ਪੰਜਾਬੀਆਂ ਦੀ ਕੁਰਬਾਨੀਆਂ ਦੇਖੋ ਪੰਜਾਬੀਆਂ ਦੀ ਕੰਟਰੀਬਿਊਸ਼ਨ ਦੇਖੋ ਨੋਟ ਓਨਲੀ ਵਿਦਇਨ ਪੰਜਾਬ ਬਾਹਰ ਵੀ ਤੁਸੀਂ ਦੇਖੋ ਕਿ ਇਹ ਜਿਹੜੀ ਇਹ ਕੌਮ ਹੈਗੀ ਹੈ ਤੁਸੀਂ ਆਪਾਂ ਸਿੱਖਾਂ ਦੀ ਲਾ ਲਓ ਜਾਂ ਪੰਜਾਬੀਆਂ ਦੀ ਲਾ ਲਓ ਇਹ ਤੁਹਾਡੇ ਦੁਸ਼ਮਣ ਨਹੀਂ ਹੈਗੇ ਇਹਨਾਂ ਦੇ ਨਾਲ ਨਜਾਇਜ਼ ਨਹੀਂ ਹੋਣੀ ਚਾਹੀਦੀ ਹੈਗੀ
ਉਹਨਾਂ ਨੂੰ ਇਹ ਗਲਤੀ ਜਿਹੜੀ ਹੈਗੀ ਸੀ ਸਰਕਾਰ ਵੱਲੋਂ ਵੀ ਇੱਕ ਬਹੁਤ ਵੱਡੀ ਹੋਈ ਹੈਗੀ ਸੀ। ਇਹ ਕਾਨੂੰਨ ਪਹਿਲੀ ਗੱਲ ਤਾਂ ਇਸ ਜਿਸ ਤਰੀਕੇ ਨਾਲ ਲੈ ਕੇ ਆਉਂਦੇ ਗਏ ਹੈਗੇ ਸੀਗੇ ਬਿਨਾਂ ਕਿਸੇ ਡਿਸਕਸ਼ਨ ਤੋਂ ਉਸ ਟਾਈਮ ਦੇ ਉੱਤੇ ਕੋਵਿਡ ਦੇ ਦੌਰਾਨ ਜਲਦਬਾਜ਼ੀ ਦੇ ਵਿੱਚ ਉਹ ਪੁਸ਼ ਕਰੇ ਹੈਗੇ ਸੀ, ਉਹ ਤਰੀਕੇ ਨਹੀਂ ਹੈਗਾ ਸੀਗਾ, ਸਸਪੀਸ਼ਨ ਉਹਦੀ ਖੜੀ ਹੋ ਗਈ ਹੈਗੀ ਸੀ। ਉਸ ਤੋਂ ਬਾਅਦ ਗਲਤ ਸੀਗਾ, ਵਾਪਸੀ ਦਾ ਤਰੀਕਾ ਠੀਕ ਹੈ ਨਹੀਂ, ਲਿਆਉਣ ਦਾ ਤਰੀਕਾ ਵੀ ਗਲਤ ਹੈਗਾ ਸੀਗਾ। ਆਈ ਥਿੰਕ ਜੇਕਰ ਇਹ ਰਹਿ ਕਰਕੇ ਲੈ ਕੇ ਲਿਆਉਂਦਾ ਨਾ, ਡਿਸਕਸ ਕਰਕੇ ਲੈ ਕੇ ਆਉਂਦਾ ਹੈਗਾ, ਉਹ ਆਈ ਥਿੰਕ ਉਹ ਠੀਕ ਹੋਣਾ ਹੈਗਾ ਸੀਗਾ। ਦੇਖੋ ਕਾਨੂੰਨ ਦੇ ਵਿੱਚ ਸਾਰਾ ਕੁਛ ਮਾੜਾ ਨਹੀਂ ਹੈਗਾ ਸੀਗਾ, ਔਰ ਕਈ ਜਿਹੜੇ ਸਰਦਾਰਾ ਸਿੰਘ ਜੌਹਲ ਵਰਗੇ ਜਿਹੜੇ ਇਕਨੋਮਿਸਟ ਹੈਗੇ ਨੇ ਉਹ ਵੀ ਕਹਿੰਦੇ ਹੈਗੇ ਨੇ ਵੀ ਸਾਰਾ ਕੁਛ ਨਹੀਂ ਮਾੜਾ ਹੈਗਾ ਸੀਗਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਾਫੀ ਕੁਛ ਕਰਨ ਵਾਸਤੇ ਤਿਆਰ ਜ਼ਰੂਰੀ ਹੈਗਾ। ਇਹ ਸਿਰਫ ਜਿਹੜੇ ਜੇ 3 ਕਾਨੂੰਨ ਜੇ ਵਾਪਸ ਹੋ ਗਏ ਹੈਗੇ ਨਾ, ਦਿਸ ਇਜ਼ ਨੋਟ ਦਾ ਐਂਡ ਆਫ ਦਾ ਸਟੋਰੀ। ਜਿਹੜੀ ਅਸਲੀਅਤ ਹੈਗੀ ਹੈ, ਜਿਹੜੀ ਮੇਨ ਸਟੋਰੀ ਹੈਗੀ ਉਹ ਤਾਂ ਹਲੇ ਹੁਣ ਸ਼ੁਰੂਆਤ ਹੋਣੀ ਹੈਗੀ ਹੈ। ਨਾਉ ਵਟ, ਕਾਨੂੰਨ ਸੀ ਜਿਹੜੇ ਉਹ ਲਾਗੂ ਨਹੀਂ ਹੋਏ ਹੈਗੇ, ਉਹ ਵਾਪਸ ਲੈ ਗਏ ਸਰਕਾਰ ਨੇ। ਸੈਂਟਰ ਸਰਕਾਰ ਦੇ ਉੱਤੇ ਪੰਜਾਬ ਦੀ ਡਿਪੈਂਡੈਂਸੀ ਬਹੁਤ ਹੈਗੀ ਹੈ। ਜੇਕਰ ਐਗਰੀਕਲਚਰ ਦੇ ਵਿੱਚ ਡਾਇਵਰਸੀਫਾਈ ਕਰਨਾ ਹੈਗਾ, ਇੰਡਸਟਰੀ ਨੂੰ ਵਾਪਸ ਲੈ ਕੇ ਆਉਣਾ ਹੈਗਾ, ਇੱਥੇ ਜਿਹੜਾ ਨੌਜਵਾਨ ਜਿਹੜਾ ਤਬਕਾ ਹੈਗਾ ਆਪਣਾ, ਉਹਨਾਂ ਨੂੰ ਸਪੈਸ਼ਲੀ ਜਿਹੜੀ ਜੋਬ ਓਪਰਚੁਨਿਟੀ ਹੋਣੀ ਚਾਹੀਦੀ ਹੈਗੀ ਹੈ ਉਹਦੇ ਉੱਤੇ ਫੋਕਸ ਕਰਨਾ ਪਊਗਾ, ਉਹਦੇ ਇਕੱਲੀ ਪੰਜਾਬ ਗਵਰਨਮੈਂਟ ਨਹੀਂ ਕਰ ਸਕਦੀ। ਪ੍ਰਧਾਨ ਮੰਤਰੀ ਜਿਸ ਦਿਨ ਇਹ ਐਲਾਨ ਕਰਦੇ ਕਿ ਅਸੀਂ ਕਾਨੂੰਨ ਵਾਪਸੀ ਦਾ ਫੈਸਲਾ ਕਰ ਰਹੇ ਗੁਰਪੁਰਬ ਵਾਲੇ ਦਿਨ, ਬੜਾ ਪਾਵਨ ਮੁਕੱਦਸ ਦਿਨ ਚੁਣਿਆ ਉਹਨਾਂ ਨੇ, ਹਾਂਜੀ ਹਾਂਜੀ, ਪਰ ਜਦੋਂ ਐਲਾਨ ਕਰਦੇ ਤਾਂ ਉਹ ਮੁਆਫ਼ੀ ਮੰਗਣ ਵੇਲੇ ਦੇਸ਼ ਦਾ ਤਾਂ ਜ਼ਿਕਰ ਕਰਦੇ ਆ, ਕਿਸਾਨੀ ਦਾ ਕੋਈ ਜ਼ਿਕਰ ਨਹੀਂ ਆਉਂਦਾ। ਉਹ 700 ਕਿਸਾਨ ਜਿਹੜੇ ਸੰਦੋਲਨ ਦੌਰਾਨ ਆਪਣੀ ਜਾਨ ਗਵਾ ਚੁੱਕੇ ਨੇ, ਉਹਨਾਂ ਦਾ ਜ਼ਿਕਰ ਨਹੀਂ ਆਉਂਦਾ, ਬਿਲਕੁਲ। ਇਸ ਨੂੰ ਅਸੀਂ ਕਿਵੇਂ ਸਮਝੀਏ? ਦੇਖੋ ਮੈਂ ਹੁਣ ਦੇਖੋ ਪ੍ਰਧਾਨ ਮੰਤਰੀ ਜੀ ਕੀ ਕਹਿੰਦੇ ਹੁੰਦੇ ਨੇ, ਮੈਂ ਤਾਂ ਇੱਕ US ਸਿਟੀਜ਼ਨ ਹੈਗਾ, ਮੈਂ ਤਾਂ ਇੱਥੋਂ, ਕਿਉਂਕਿ ਮੈਂ ਇਸ ਮਿੱਟੀ ਦੇ ਵਿੱਚ, ਮੈਂ ਇਸ ਮਿੱਟੀ ਦੇ ਵਿੱਚ ਮੇਰੀ ਵੀ ਕੰਟਰੀਬਿਊਸ਼ਨ ਹੈਗੀ ਹੈ। ਇਸ ਮਿੱਟੀ ਨੇ ਮੈਨੂੰ ਬਹੁਤ ਕੁਛ ਦਿੱਤਾ ਹੈਗਾ, ਇਹਨਾਂ ਲੋਕਾਂ ਨੇ, ਇਹ ਸਾਰੇ ਪੰਜਾਬ ਨੇ ਮੈਨੂੰ ਬਹੁਤ ਕੁਛ ਦਿੱਤਾ ਹੈਗਾ, ਉਹਦਾ ਮੈਂ ਕਦੇ ਦੇਣਾ ਨਹੀਂ ਦੇ ਸਕਦਾ ਹੈਗਾ। ਕਹਿੰਦੇ ਇੱਥੇ ਮੈਂ ਖੇਡਾਂ, ਵੱਡਾ ਹੋਇਆ ਹੈਗਾ, ਪੜ੍ਹਾਈ ਕਰਕੇ ਮੈਂ ਅਮੈਰੀਕਾ ਗਿਆ ਹੈਗਾ, ਉੱਥੇ ਸੈੱਟ ਹੋ ਗਿਆ, ਮੈਂ ਉੱਥੇ US ਸਿਟੀਜ਼ਨ ਹਾਂ। ਮੈਂ ਹੁਣ ਇੱਥੇ ਇਸ ਇੱਥੇ ਆ ਕੇ ਵੀ ਪ੍ਰਾਈਮ ਮਿਨਿਸਟਰ ਕੀ ਸਟੇਟਮੈਂਟ ਦਿੰਦੇ ਹੈਗੇ ਨੇ, ਪਰ ਅੰਦਰਲੇ ਪੱਧਰ ਤੇ ਜਦੋਂ ਤੁਹਾਡੀ ਗੱਲ ਹੁੰਦੀ ਹੈ ਕੁਛ ਤਾਂ ਐਟਲੀਸਟ ਕਿਹਾ ਜਾ ਸਕਦਾ ਹੈ ਨਾ ਇਸ ਮਸਲੇ। ਹਾਂਜੀ ਹਾਂਜੀ, ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਹਲੇ ਬਹੁਤ ਵੀ ਹੋਰ ਵੀ ਬਹੁਤ ਕੁਛ ਕਰਾਂਗੇ ਹੈਗੇ, ਹੋਰ ਵੀ ਬਹੁਤ ਕੁਛ ਕਹਿਣ ਵਾਲੀ ਗੱਲ ਹੈ, ਔਰ ਇਹਦੇ ਵਿੱਚੋਂ ਲੈਸਨ ਲਰਨ ਵੀ ਹੈਗੇ ਆ ਵੀ ਐਡਾ ਵੱਡਾ ਐਜੀਟੇਸ਼ਨ ਇੱਕ ਸਾਲ ਚੱਲਿਆ ਹੈਗਾ, ਉਹਦੇ ਵਿੱਚੋਂ ਕੀ ਖੱਟਿਆ ਅਤੇ ਕੀ ਗਵਾਇਆ, ਔਰ ਇਹ ਕੌਮ ਜਿਹੜੀ ਕਿ ਇੰਨੀ ਲੋਇਲ ਹੈਗੀ ਹੈ, ਜਿਹਦੀਆਂ ਇੰਨੀਆਂ ਕੁਰਬਾਨੀਆਂ ਹੈਗੀਆਂ ਨੇ, ਆਪਾਂ ਖਾਮ ਖਾ ਤੁਸੀਂ ਉਹਨਾਂ ਨੂੰ ਦੁਸ਼ਮਣ ਦੀ ਬਣਾ ਕੇ ਬੈਠ ਜਾਣਾ ਹੈਗਾ ਸੀਗਾ। ਪਰ ਦੂਜੇ ਪਾਸੇ ਮੈਂ ਜੇ ਚਾਹੇ ਤੁਸੀਂ ਆਪਾਂ ਕਿਸਾਨਾਂ ਦੀ ਉਹ ਕਰਦੇ ਹੈਗੇ ਨਾ, ਆਪਾਂ ਨੂੰ ਜਦੋਂ ਤੁਸੀਂ ਟੇਬਲ 'ਤੇ ਬੈਠਦੇ ਹੋ ਨਾ, ਦੈਨ ਯੂ ਹੈਵ ਟੂ ਥਿੰਕ ਅਬਾਊਟ ਦ ਬੋਥ ਸਾਈਡ, ਆਪਾਂ ਦੂਜੀ ਸਾਈਡ ਨੂੰ ਬਿਲਕੁਲ ਉਹ ਨਹੀਂ ਕਰ ਸਕਦੇ ਹੈਗੇ ਜੇ ਤੁਸੀਂ ਗੱਲ ਕਰਨੀ ਹੈ, ਡਾਇਲੋਗ ਕਰਨਾ ਹੈਗਾ। ਅਤੇ ਗੌਰਮੈਂਟ ਨੇ ਵੀ ਜਿਸ ਹਿਸਾਬ ਨਾਲ ਹੈਂਡਲ ਕਰੀ ਹੈਗੀ ਸਿਚੁਏਸ਼ਨ ਨਾ, ਆਈ ਥਿੰਕ ਉਹਦੀ ਵੀ ਆਪਾਂ ਨੂੰ ਦਾਦ ਦੇਣੀ ਪਊਗੀ ਹੈਗੀ। ਜਿੰਨੀ 8.5 ਮਿੰਟ ਦੀ ਇੱਕ ਲੋਕ ਸਭਾ ਦੀ ਕਾਰਵਾਈ ਹੈ ਔਰ 4.5 ਜਾਂ 5-6 ਮਿੰਟ ਦੀ ਰਾਜ ਸਭਾ ਦੀ ਕਾਰਵਾਈ ਹੈ ਜਿਸ ਦੇ ਵਿੱਚ ਸਾਰੇ ਕਾਨੂੰਨ ਰਿਪੀਲ ਹੋ ਜਾਂਦੇ ਆ। ਹਾਂਜੀ ਹਾਂਜੀ, ਤਕਰੀਬਨ 15-20 ਮਿੰਟ ਦੀ ਕਾਰਵਾਈ ਆਪਾਂ ਟੋਟਲ ਮੰਨ ਲਈਏ, ਮੋਟੀ ਮੋਟੀ ਕਾਰਵਾਈ ਜਿਹੜੀ ਹੈਗੀ ਹੈ। ਇਹ 20 ਮਿੰਟ ਦੀ ਕਾਰਵਾਈ ਦੇ ਲਈ 1 ਸਾਲ ਤੱਕ ਦਾ ਵਕਤ ਲਾਣਾ, 700 ਕਿਸਾਨਾਂ ਦੀ ਜਾਨ ਚਲੇ ਜਾਣਾ, 700 ਕਿਸਾਨ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀਗਾ, ਜਿਹੜੇ ਸਿਰਫ ਇਹ ਹੱਕ ਮੰਗ ਰਹੇ ਸੀਗੇ ਕਿ ਸਾਡੀ ਜ਼ਮੀਨ ਹੈਗੀ ਹੈ, ਸਾਡਾ ਸਾਰਾ ਕੁਛ ਹੈਗਾ, ਇਹ ਖਤਮ ਹੋ ਜਾਏਗੀ, ਅਗਲੀਆਂ ਪੀੜ੍ਹੀਆਂ ਖਤਮ ਹੋ ਜਾਣਗੀਆਂ, ਉਹ ਆਪਣੀ ਜਾਨ ਗਵਾ ਦਿੰਦੇ ਨੇ, ਫਿਰ ਵੀ ਆਪਾਂ ਇਸ ਕਾਰਵਾਈ ਨੂੰ ਇੰਨੇ ਡਿਲੇ ਨੂੰ ਜਾਇਜ਼ ਮੰਨ ਸਕਦੇ? ਨਹੀਂ ਮੰਨ ਸਕਦੇ ਹੈਗੇ ਜੀ, ਪਰ ਇਹਦੇ ਨਾਲ ਹੀ ਜਿਹੜੀ ਹੈਗੀ ਹੈ ਕਿਸਾਨ ਐਜੀਟੇਸ਼ਨ ਦੀ ਜਿਹੜੀ ਲੀਡਰਸ਼ਿਪ ਹੈਗੀ ਹੈ, ਮੈਂ ਉਹਨਾਂ ਨੂੰ ਸਲੂਟ ਕਰਦਾ ਹੈਗਾ ਜੀ। ਜੋੜ ਜਿਹੜੀ ਉਹਨਾਂ ਨੇ ਮੈਚਿਓਰਿਟੀ ਦਿਖਾਈ ਹੈਗੀ ਇਸ ਚੀਜ਼ ਦੇ ਵਿੱਚ, ਰਾਜੇਵਾਲ ਸਾਹਿਬ ਹੋ ਗਏ, ਜਿੰਨੇ ਵੀ ਹੋ ਗਏ ਹੈਗੇ, ਉਹਨਾਂ ਦੇ ਉੱਤੇ ਵੀ ਕਿੱਡੇ ਕਿੱਡੇ ਦਾਗ ਲੱਗੇ ਹੈਗੇ, ਕੋਈ ਉਹਨਾਂ ਨੂੰ ਬਾਹਰ ਦੀਆਂ ਤਰ੍ਹਾਂ ਜਿੰਨੀਆਂ ਐਂਟੀ ਨੈਸ਼ਨਲ ਫੋਰਸਿਸ ਹੈਗੀਆਂ ਸੀ, ਐਂਟੀ ਪੰਜਾਬ ਫੋਰਸਿਸ ਹੈਗੀਆਂ ਸੀ, ਐਂਟੀ ਸਿੱਖ ਫੋਰਸਿਸ ਹੈਗੀਆਂ ਸੀ, ਉਹਨਾਂ ਨੂੰ ਹਿੰਦੂ ਸਿੱਖ ਏਕਤਾ ਦਾ ਉਹਦਾ ਮੁੱਦਾ ਬਣਾਉਣ ਦਾ ਹੱਕ ਰਿਹਾ। ਜਿਸ ਹਿਸਾਬ ਨਾਲ ਉਹਨਾਂ ਨੇ ਡੀਲ ਕਰਿਆ ਹੈਗੀ ਇਹ ਸਿਚੁਏਸ਼ਨ ਨੂੰ, ਮੈਂ ਕਹਿੰਦਾ ਜੀ ਉਹ ਜਿਹੜੇ ਬਜ਼ੁਰਗ ਹੈਗੇ ਨੇ, ਲੀਡਰਸ਼ਿਪ ਹੈਗੇ ਨੇ, ਮੈਂ ਹਮੇਸ਼ਾ ਉਹਨਾਂ ਦਾ ਅਹਿਸਾਨਮੰਦ ਰਹੂੰਗਾ ਹੈਗਾ। ਉਹਨਾਂ ਨੇ ਪੰਜਾਬ ਦੀ ਪੰਜਾਬੀ ਸਾਂਭਲੀ ਹੈਗੀ, ਔਰ ਉਹਨਾਂ ਨੇ ਇੱਕ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈਗਾ। ਉੱਥੇ ਸਿਰਫ ਸਿੱਖ ਨਹੀਂ ਬੈਠੇ ਹੈਗੇ ਸੀਗੇ, ਉੱਥੇ ਇਕੱਲੇ ਪੰਜਾਬੀ ਨਹੀਂ ਬੈਠੇ ਹੈਗੇ ਸੀ, ਹਰਿਆਣੇ ਦੇ, ਯੂਪੀ ਦੇ ਸਾਰੇ ਲੋਕ ਹੈਗੇ ਸੀਗੇ, ਔਰ ਬਾਹਰ ਦੀਆਂ ਜਿੰਨੀਆਂ ਤਾਕਤਾਂ ਹੈਗੀਆਂ ਸੀਗੀਆਂ, ਦੇ ਟਰਾਈ ਦਰ ਬੈਸਟ। ਉਹਨਾਂ ਨੂੰ ਚਾਹੇ ਕਿਸੇ ਨੂੰ ਕੋਈ ਖਾਲਿਸਤਾਨੀ ਉਹਦਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰੀ ਹੈਗੀ, ਕੋਈ ਬਾਹਰੋਂ ਆ ਕੇ ਕਈ ਲੋਕਾਂ ਦੀ ਦੁਕਾਨਦਾਰੀ ਬਣ ਗਈ ਹੈਗੀ ਸੀ, ਉਹ ਦੁਕਾਨਦਾਰੀ ਦੇ ਨਾਂ ਦੇ ਉੱਤੇ ਉਹ ਚਾਹੁੰਦੇ ਨਹੀਂ ਹੈਗੇ ਸੀ ਵੀ ਇਸ ਚੀਜ਼ ਦਾ ਕਦੇ ਸਲੂਸ਼ਨ ਨਿਕਲੇ, ਔਰ ਇਹ ਸਾਰਾ ਸਿੱਖਾਂ ਦੇ ਗੱਲ ਪੈ ਗਏ ਹੈਗੇ, ਔਰ ਉਸ ਚੀਜ਼ ਦਾ ਸਾਨੂੰ ਕੰਸਰਨ ਹੈਗਾ ਸੀ, ਔਰ ਜਿੰਨੇ ਕੁ ਸਾਡੇ ਮੇਰੇ ਆਪਣੇ ਰਿਲੇਸ਼ਨ ਹੈਗੇ ਸੀਗੇ, ਔਰ ਆਪਾਂ ਆਈ ਵੈਂਟ ਆਊਟ ਆਫ ਦ ਵੇ, ਮੈਂ ਕੰਮ ਛੱਡ ਕੇ 2-2 ਮਹੀਨੇ ਇੱਥੇ ਬੈਠਾ ਹੈਗਾ, ਗੱਲਬਾਤ ਕਰੀ ਹੈਗੀ ਹੈ, ਡਾਇਲੋਗ ਕਰਿਆ ਹੈਗਾ, ਔਰ ਡਾਇਲੋਗ ਤੁਸੀਂ ਦੇਖੋ ਸਿੱਖ ਹਿਸਟਰੀ ਦੇ ਵਿੱਚ ਤੁਸੀਂ ਜਾਓ, ਜਦੋਂ ਜਕਰੀਆ ਖਾਨ ਦੇ ਨਾਲ ਵੀ ਪੰਗੇ ਪਏ ਹੋਏ ਸੀ ਨਾ ਸਿੱਖਾਂ ਦੇ, ਉਦੋਂ ਵੀ ਅਸੀਂ ਕਿਸੇ ਟਾਈਮ ਦੇ ਉੱਤੇ ਜਾ ਕੇ ਜਕਰੀਆ ਖਾਨ ਦੇ ਨਾਲ ਵੀ ਡਾਇਲੋਗ ਕਰਿਆ ਹੈਗਾ ਸੀਗਾ।
ਕੀ ਸਰਕਾਰ ਦਾ ਉਸੇ ਤਰੀਕੇ ਦਾ ਸੀ? ਮੈਂ ਇਹ ਵੀ ਦੇਖੋ ਹੁਣ ਤੁਸੀਂ ਜਿਹੜੀ ਮੈਨੂੰ ਗੱਲ ਪੁੱਛ ਰਹੇ ਹੈਗੇ ਹੋ ਇਹ 'ਤੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਹੈਗਾ। ਕਈ ਵਾਰੀ ਤੁਸੀਂ ਜਦੋਂ ਤੁਸੀਂ ਦੇਖੋ ਅਮੈਰੀਕਾ 20 ਸਾਲ ਹੋ ਗਏ ਸੀ ਉੱਥੇ ਲੜਦਿਆਂ ਨੂੰ, ਤਾਲਿਬਾਨ ਦੇ ਨਾਲ ਬੈਠਾ ਹੈਗਾ, ਹੁਣ ਤਾਲਿਬਾਨ ਦੇ ਨਾਲ ਉੱਥੇ ਡਾਇਲੋਗ ਕਰਕੇ ਸਾਰੇ ਫੈਸਲੇ ਕਰਵਾ ਰਿਹਾ ਹੈਗਾ। ਹੁਣ ਜੇ ਤੁਸੀਂ ਇਹ ਕੁਐਸਚਨ ਉਹਨਾਂ ਨੂੰ ਪੁੱਛੋਗੇ ਹੈਗੇ ਫਿਰ ਉਹ ਤਾਂ ਸਲਿਊਸ਼ਨ ਨਹੀਂ ਨਿਕਲੇਗਾ ਹੈਗਾ ਨਾ। ਹੁਣ ਜੇ ਤੁਸੀਂ ਉਸ ਟੇਬਲ 'ਤੇ ਬੈਠ ਕੇ ਤੁਸੀਂ ਸੋਚੋ ਤੁਹਾਡੀ ਕੀ ਸਿਚੁਏਸ਼ਨ ਹੋਏਗੀ। 11 ਮੀਟਿੰਗਾਂ ਹੁੰਦੀਆਂ ਨੇ, 11 ਮੀਟਿੰਗਾਂ ਵਿੱਚ ਕਿਸਾਨ ਸਾਰਾ ਕੁਝ ਦੱਸ ਦਿੰਦੇ ਆ, ਇੱਕ ਇੱਕ ਕਲੋਜ਼, ਇੱਕ ਇੱਕ ਪੁਆਇੰਟ, ਇੱਕ ਇੱਕ ਚੀਜ਼ਾਂ ਕਿੱਥੇ ਕਮੀ ਹੈਗੀ ਹੈ, ਆਹ ਸ਼ਬਦ ਗਲਤ ਹੈ। ਉਸ ਤੋਂ ਬਾਅਦ ਵੀ ਸਰਕਾਰ ਦੇ ਲਗਾਤਾਰ ਜਿਹੜੇ ਬਿਆਨ ਸੀਗੇ ਉਹ ਡੈਡਲੋਕ ਤੋਂ ਬਾਅਦ, ਕਿਸਾਨ ਤੋਂ ਇਹ ਪਤਾ ਹੀ ਨਹੀਂ ਲੱਗ ਰਿਹਾ ਕਿਸਾਨ ਕਹਿਣਾ ਕੀ ਚਾਹੁੰਦੇ ਨੇ। ਇਸ ਨੂੰ ਅਸੀਂ ਕਿਵੇਂ ਸਮਝੀਏ ਫਿਰ? ਦੇਖੋ ਇਹ ਤਾਂ ਦੇਖੋ ਸਰਕਾਰ ਵੀ ਤੁਹਾਡੀ ਹੈ, ਲੋਕ ਵੀ ਤੁਹਾਡੇ। ਅਸੀਂ ਸੁਖੀ ਚਾਲ ਨੂੰ ਤਾਂ ਪੁੱਛ ਰਹੇ ਹਾਂ ਕਿਉਂਕਿ ਸੁਖੀ ਚਾਲ ਸਾਡੇ ਨਾਲ ਵੀ ਗੱਲ ਕਰਦੇ ਆ, ਕਿਸਾਨਾਂ ਨਾਲ ਵੀ ਗੱਲ ਕਰਦੇ ਆ, ਸੁਖੀ ਚਾਲ ਸਰਕਾਰ ਨਾਲ ਵੀ ਗੱਲ ਕਰਦੇ ਆ। ਦੇਖੋ ਫਿਰ ਉਹਦੇ ਕਰਕੇ ਦੇਖੋ ਫੈਸਲਾ ਵੀ ਜਿਹੜਾ ਹੁੰਦਾ ਹੈਗਾ, ਫੈਸਲਾ ਹੁਣ ਨਿਕਲਿਆ ਹੈਗਾ। ਤੁਸੀਂ ਇਹ ਦੱਸੋ, ਮੈਂ ਸਾਰੇ ਤੁਹਾਡੇ ਸਰੋਤਿਆਂ ਨੂੰ ਵੀ, ਜੋ ਫੈਸਲਾ ਹੁਣ ਹੋਇਆ ਹੈਗਾ ਚੰਗਾ ਜਾਂ ਮਾੜਾ ਹੈਗਾ? ਚੰਗਾ ਫੈਸਲਾ ਹੋਇਆ ਨਾ, ਉਹਦਾ ਕਾਨੂੰਨ ਵਾਪਸ ਹੋ ਗਏ। ਆਪਣਾ ਇੱਕੋ ਹੀ ਹੋਏਗਾ ਸੀਗਾ ਵੀ ਤਿੰਨੇ ਕਾਲੇ ਕਾਨੂੰਨ ਵਾਪਸ ਹੋਣੇ ਚਾਹੀਦੇ ਹੈਗੇ ਨੇ, ਸਰਕਾਰ ਨੇ ਕਾਨੂੰਨ ਵਾਪਸ ਲੈ ਲਏ ਹੈਗੇ, ਵੀ ਹੈਵ ਟੂ ਬੀ ਹੈਪੀ। ਉਸ ਤੋਂ ਬਾਅਦ ਜਿਹੜੇ ਬਾਕੀ ਜਿਹੜੇ ਡਿਮਾਂਡ ਹੈਗੇ ਨੇ ਉਹ ਵੀ ਆਲਮੋਸਟ ਐਕਸੈਪਟ ਹੋ ਗਈਆਂ ਹੈਗੀਆਂ। ਪਰ ਸਾਡਾ ਸਵਾਲ ਸੁਖੀ ਚਾਲ ਇਸ ਤੋਂ ਅੱਗੇ ਵੀ ਹੈਗਾ, ਤਿੰਨ ਖੇਤੀ ਕਾਨੂੰਨ ਆਉਣ ਤੋਂ ਪਹਿਲਾਂ ਤੱਕ ਕਿਸਾਨ ਦੀ ਸਿਚੁਏਸ਼ਨ ਕੋਈ ਬਹੁਤੀ ਖੁਸ਼ਹਾਲ ਨਹੀਂ ਸੀਗੀ? ਸਵਾਲ ਕਿਸਾਨ ਦੀ ਖੁਸ਼ਹਾਲੀ ਦਾ ਹੈਗਾ। ਸਰ ਮੈਂ ਉਹੀ ਗੱਲ ਕਰ ਰਿਹਾ ਹੈਗਾ, ਮੈਂ ਐਗਜੈਕਟਲੀ ਉਸੇ ਪੁਆਇੰਟ 'ਤੇ ਆ ਰਿਹਾ ਹੈਗਾ। ਤੁਸੀਂ ਜਿਹੜੇ ਤਿੰਨ ਕਾਨੂੰਨਾਂ ਦੇ ਇਸ਼ੂ ਨਹੀਂ ਹੈਗਾ, ਆਪਾਂ ਨੂੰ ਯੂ ਹੈਵ ਟੂ ਸੀ ਬਿਯੋਂਡ ਦੈਟ ਵੀ ਪੰਜਾਬ ਕਿਸ ਕਿਸ ਉਹ ਕਿਸ ਮੁਕਾਮ 'ਤੇ ਆ ਕੇ ਖੜ ਗਿਆ ਹੈਗਾ। ਪੰਜਾਬ ਦੀ ਜਿਹੜੀ ਲੋਕਲ ਲੀਡਰਸ਼ਿਪ ਵੀ ਹੈਗੀ ਹੈ ਉਹ ਵੀ ਇੰਨੀ ਇਰਰਿਸਪੋਂਸੀਬਲ ਹੈਗੀ ਹੈ, ਉਹ ਰਿਸਪੋਂਸੀਬਿਲਟੀ ਵਾਲਾ ਕੰਮ ਨਹੀਂ ਕਰ ਰਹੀ ਹੈਗੀ। ਤੁਸੀਂ ਇੱਧਰੋਂ ਫ੍ਰੀ ਦੇ ਦਿਓ, ਉੱਧਰੋਂ ਫ੍ਰੀ ਦੇ ਦਿਓ, ਸਿਰਫ ਇੱਕ ਇਲੈਕਸ਼ਨ ਜਿੱਤਣ ਵਾਸਤੇ, ਉਹਨੂੰ ਸਟੇਟ ਨੂੰ ਚਲਾਉਣ ਵਾਸਤੇ ਲੌਂਗ ਟਰਮ ਕੋਈ ਕਿਸੇ ਕੋਲ ਵਿਜ਼ਨ ਨਹੀਂ ਨਜ਼ਰ ਆਉਂਦਾ ਹੈਗਾ। ਉਹਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਕੀ ਹੋਊਗਾ? ਉਹ ਤੁਹਾਡੇ ਲੋਕਾਂ ਦਾ ਹੋਊਗਾ। ਉਹਦੇ ਵਿੱਚ ਕਿਸਾਨ ਵੀ ਰਗੜੇ ਜਾਣਗੇ, ਉਹਦੇ ਵਿੱਚ ਜਿਹੜੇ ਨੌਨ ਕਿਸਾਨ ਨੇ ਉਹਦੇ ਮਜ਼ਦੂਰ ਵੀ ਰਗੜਿਆ ਜਾਊਗਾ ਹੈਗਾ। ਉਹਦੇ ਵਿੱਚ ਜਦੋਂ ਤੁਹਾਡੇ ਕੋਲ ਰੁਜ਼ਗਾਰ ਹੀ ਨਹੀਂ ਹੋਊਗਾ ਹੈਗਾ, ਫਿਰ ਤੁਸੀਂ ਬਾਹਰ ਕੋਈ ਇੱਥੇ ਪੜ੍ਹਾਈ ਦੇ ਵਿੱਚ ਤੁਹਾਡਾ ਕੋਈ ਕੰਪੈਟੀਟਿਵ ਐਜ ਨਹੀਂ ਹੋਊਗਾ ਹੈਗਾ। ਪੰਜਾਬ ਦੇ ਪੰਥਕ ਮਸਲੇ ਨੂੰ ਜਿਹੜਾ ਇਹ ਕਹਿੰਦੀ ਵੀ ਅਸੀਂ ਝੰਡਾ ਬਰਦਾਰ ਹੈਗੇ ਹਾਂ, ਅਕਾਲੀ ਦਲ ਕਹਿੰਦਾ ਕਿ ਇਹਨਾਂ ਕਾਨੂੰਨਾਂ ਪਿੱਛੇ ਅਸੀਂ ਕੁਰਸੀ ਛੱਡ ਦਿੱਤੀ, ਇਸ ਪ੍ਰੋਸੈਸ ਵਿੱਚ ਉਹ ਕਿੱਥੇ ਨਜ਼ਰ ਆਉਂਦਾ ਜੋ ਜਿਹੜਾ ਬਾਅਦ ਦਾ ਪ੍ਰੋਸੈਸ ਹੈਗਾ ਕਿ ਕੁਰਸੀ ਛੱਡਣ ਤੱਕ ਹੀ ਮੰਨ ਲਈਏ ਕਿ ਬਹੁਤ ਕੁਛ ਹੋ ਗਿਆ? ਦੇਖੋ ਜੀ ਇਹ ਤਾਂ ਗੱਲ ਹੁਣ ਅਕਾਲੀ ਦਲ ਨੂੰ ਪੁੱਛ ਸਕਦੇ ਹੈਗੇ ਨਾ, ਸੁਖੀ ਚਾਹਲ ਨੂੰ ਵੀ ਪੁੱਛੀ ਜਾ ਸਕਦੀ ਹੈ। ਨਹੀਂ ਸੁਖੀ ਚਾਹਲ ਦੀ ਇੰਨੀ ਪਹੁੰਚ ਨਹੀਂ ਹੈਗੀ, ਉਹ ਨਾ ਹੀ ਇੰਨੀ ਔਕਾਤ ਹੈਗੀ ਹੈ। ਸੁਖੀ ਚਾਹਲ ਜੇ ਐਚ ਐਮ ਤੱਕ ਗੱਲ ਕਰ ਸਕਦੇ ਆ, ਸੁਖੀ ਚਾਹਲ ਸੁਖਬੀਰ ਬਾਦਲ ਨਾਲ ਵੀ ਗੱਲ ਕਰ ਸਕਦੇ ਆ। ਦੇਖੋ ਬਾਦਲ ਸਾਹਿਬ ਨਾਲ ਵੀ ਮੇਰੀ ਡਾਇਲੋਗ ਤਾਂ ਹੈਗਾ, ਤਾਂ ਕੰਟੈਕਟ ਹੈਗਾ, ਤਾਂ ਹੀ ਹੁਣ ਇਹ ਦੇਖੋ ਹਰ ਇੱਕ ਜਿਹੜਾ ਪੋਲੀਟੀਕਲ ਬੰਦਾ ਹੁੰਦਾ ਹੈਗਾ ਨਾ, ਪੋਲੀਟੀਕਲ ਪਾਰਟੀ ਹੈਗੀ ਹੈ, ਉਹਨਾਂ ਨੇ ਆਪਣੇ ਬਾਰੇ ਸੋਚਣਾ ਹੈਗਾ, ਵਟ ਇਜ਼ ਗੁੱਡ ਫੋਰ ਦੈਮ। ਉਹ ਕਿਸੇ ਟਾਈਮ ਦੇ ਉੱਤੇ ਪਾਰਟੀ ਦੇ ਵਿੱਚ ਹੈਗੇ ਸੀਗੇ, ਉਹਨਾਂ ਨੇ ਇਹਨਾਂ ਨੇ ਇਸ ਕਿਸਾਨ ਇਹ ਜਿਹੜੇ ਕਾਨੂੰਨ ਹੈਗੇ ਸੀ ਉਹਨਾਂ ਨੂੰ ਡਿਫੈਂਡ ਕਰਨ ਦੀ ਵੀ ਕੋਸ਼ਿਸ਼ ਕਰੀ ਹੈਗੀ, ਐਂਡ ਦੇ ਵੈਂਟ ਆਊਟ ਆਫ ਦ ਵੇ ਡਿਫੈਂਡ ਕਰਨ ਦੀ। ਉਸ ਤੋਂ ਬਾਅਦ ਜਦੋਂ ਦੇਖਿਆ ਵੀ ਲੋਕਾਂ ਦੀ ਜ਼ਿਆਦਾ ਓਪੋਜੀਸ਼ਨ ਹੋ ਗਈ ਹੈਗੀ, ਸੋ ਦੈਨ ਦੇ ਹੈਵ ਟੂ ਲੀਵ ਦ ਗਵਰਨਮੈਂਟ। ਅੱਜ ਦੀ ਪਿਕਚਰ ਵਿੱਚ ਕਿਤੇ ਖੜੇ ਨਜ਼ਰ ਆਉਂਦਾ ਬੈਤਲ ਪਰਿਵਾਰ ਜਦੋਂ ਇਹ ਕਾਨੂੰਨ ਵਾਪਸ ਹੁੰਦੇ? ਦੇਖੋ ਲੌਂਗ ਟਰਮ ਵਾਸਤੇ ਇਹ ਨਹੀਂ ਕਹਿ ਸਕਦੇ ਹੈਗੇ ਵੀ ਸਿਰਫ ਤਿੰਨ ਕਾਨੂੰਨ ਕਰਕੇ ਵੀ ਪਾਰਟੀ ਬਿਲਕੁਲ ਖਤਮ ਹੋ ਜਾਂਦੀ ਹੈ ਕੋਈ ਵੀ। ਮੈਂ ਆਪਣਾ ਇੱਕ ਪਰਸਨਲ ਵਿਊ ਦੇ ਰਿਹਾ ਹੈਗਾ, ਲੌਂਗ ਟਰਮ ਵਾਸਤੇ ਸੋਚੋ। ਅਕਾਲੀ ਦਲ ਵੀ ਜਿਹੜੀ ਹੈ ਖਤਮ ਹੋਣ ਵਾਲੀ ਗੱਲ ਨਹੀਂ ਹੈ। ਮੇਰਾ ਸਵਾਲ ਇਹ ਹੈ ਕਿ ਇਹ ਜਦੋਂ ਕਾਨੂੰਨ ਵਾਪਸ ਹੁੰਦੇ ਹੈ, ਹਾਂਜੀ ਹਾਂ, ਵਾਪਸ ਹੋਣ ਦੇ ਵੀ ਜਦੋਂ ਸਾਰੇ ਜਸ਼ਨ ਮਨਾ ਰਹੇ ਹੈ, ਹਾਂਜੀ, ਕੀ ਅਕਾਲੀ ਦਲ ਨੂੰ ਅਲਾਓ ਕਰਨਾ ਚਾਹੀਦਾ ਕਿ ਉਹ ਨਾਲ ਆ ਕੇ ਜਸ਼ਨ ਮਨਾਵੇ? ਡੈਫੀਨੇਟਲੀ, ਵਾਈ ਨਾਟ, ਵਾਈ ਨਾਟ, ਅਕਾਲੀ ਦਲ ਨੂੰ ਵੀ ਉਹਦੇ ਵਿੱਚ ਉਹ ਹੋਣਾ ਚਾਹੀਦਾ। ਅਕਾਲੀ ਦਲ ਐਂਡ ਆਫ ਦਾ ਡੇ ਅਕਾਲੀ ਦਲ ਦੇ ਵਿੱਚ ਵੀ ਬਹੁਤ ਲੋਕ ਹੈਗੇ ਨੇ ਜਿਹੜੇ ਕਿਸਾਨ ਹੈਗੇ ਨੇ, ਉਹ ਕੀ ਬਾਹਰੋਂ ਥੋੜ੍ਹੇ ਹੈਗੇ ਨੇ। ਅਕਾਲੀ ਦਲ ਵੀ ਅਸਲ ਵਿੱਚ ਪੰਥਕ ਜਿਹੜੀ ਪਾਰਟੀ ਸੀ ਉਹ ਪੰਜਾਬ ਦੀ ਪਾਰਟੀ ਤਾਂ ਉਹੀ ਹੈਗੀ ਸੀ। ਜੇ ਉਹਨਾਂ ਨੂੰ ਵੀ ਜਸ਼ਨ ਮਨਾਉਣਾ ਚਾਹੀਦਾ ਵੀ ਠੀਕ ਹੈ, ਉਹਨਾਂ ਦਾ ਇੱਕ ਪੋਲੀਟੀਕਲ ਇਸ਼ੂ ਹੈਗਾ ਸੀਗਾ, ਉਹਨਾਂ ਦੀ ਉਹਨਾਂ ਦੀ ਇੱਕ ਕੰਪਲਸ਼ਨ ਹੈਗੀ ਸੀ ਉਸ ਪਾਰਟੀ ਦੇ ਨਾਲ, ਕਿਉਂਕਿ ਅਲਾਇੰਸ ਹੈਗਾ ਸੀ, ਉਹਨਾਂ ਦੀ ਗੱਲ ਮੰਨਣੀ ਪੈਣੀ ਹੈਗੀ ਸੀ। ਪਰ ਐਂਡ ਆਫ ਦਾ ਡੇ ਤੁਸੀਂ ਇਹ ਨਹੀਂ ਕਹਿ ਸਕਦੇ ਹੈਗੇ ਵੀ ਜਿਹੜੀ ਅਕਾਲੀ ਹੈਗੀ ਉਹ ਉਹਨਾਂ ਦਾ ਕਿਸਾਨਾਂ ਨਾਲ ਕੋਈ ਤਲਕਾਤ ਨਹੀਂ ਹੈਗਾ। ਉਹ ਮੇਰਾ ਖਿਆਲ ਜਿਹੜਾ ਸਭ ਤੋਂ ਜ਼ਿਆਦਾ ਜਿਹੜੇ ਕਿਸਾਨ ਹੋਣਗੇ ਉਹ ਹੈ ਹੀ ਅਕਾਲੀ ਦਲ ਪਾਰਟੀ ਦੇ ਵਿੱਚ। ਉਹਨਾਂ ਨੂੰ ਸਮਝ ਦੇਰੀ ਨਾਲ ਆਈ ਫਿਰ? ਦੇਖੋ ਕਈ ਵਾਰੀ ਗਲਤੀ ਵੀ ਹੋ ਜਾਂਦੀ ਹੈਗੀ ਨਾ, ਕਈ ਵਾਰੀ ਪੋਲੀਟੀਕਲ ਕੰਪਲਸ਼ਨ ਵੀ ਹੁੰਦੀ ਹੈਗੀ ਹੈ, ਕਈ ਵਾਰੀ ਸਿਚੁਏਸ਼ਨ ਤੁਸੀਂ ਜੱਜ ਨਹੀਂ ਕਰ ਸਕਦੇ ਹੁੰਦੇ ਹੈਗੇ। ਦੇਖੋ ਮੈਂ ਜਦੋਂ ਤੋਮਰ ਸਾਹਿਬ ਦੀ ਇੰਟਰਵਿਊ ਮੈਂ ਕਰੀ ਹੈਗੀ ਸੀ, ਇੱਕ ਸਾਲ ਪਹਿਲਾਂ ਕਰੀ ਹੈਗੀ ਸੀ, ਅਕਤੂਬਰ ਦੇ ਵਿੱਚ ਕਰੀ ਹੈਗੀ ਸੀ, ਇਹ ਨਵੰਬਰ ਦੇ ਵਿੱਚ ਹੋ ਰਿਹਾ ਹੈਗਾ। ਕਿਸਾਨ ਜਿਹੜੇ ਹੈਗੇ ਸੀਗੇ ਇੱਥੇ ਦਿੱਲੀ ਜਾਂਦੇ ਹੈਗੇ ਨੇ 25 ਨਵੰਬਰ ਨੂੰ ਜਾਂਦੇ ਹੈਗੇ ਨੇ, ਮੈਂ ਉੱਥੇ 23 ਨਵੰਬਰ ਨੂੰ ਪਹੁੰਚ ਗਿਆ ਹੈਗਾ ਸੀਗਾ ਵੀ ਠੀਕ ਹੈ ਸਾਰੀ ਸਿਚੁਏਸ਼ਨ ਦੇਖੋ, ਕੋਈ ਨੁਕਸਾਨ ਨਾ ਹੋਵੇ ਕਿਸੇ ਦਾ, ਕਿਸੇ ਮਾਂ ਦਾ ਪੁੱਤ ਨਾ ਮਰੇ ਹੈਗੇ, ਕੋਈ ਇੱਦਾਂ ਦਾ ਨੁਕਸਾਨ ਨਾ ਹੋਵੇ, ਟ੍ਰੈਜਰੀ ਨਾ ਹੋਵੇ,
ਹਿੰਦੂ ਸਿੱਖਾਂ ਦੇ ਵਿੱਚ ਜਿਹੜਾ ਸਪੈਸ਼ਲੀ ਆ ਕੋਈ ਫਰਕ ਨਹੀਂ ਪਾਉਣਾ ਚਾਹੁੰਦੇ ਹੈਗੇ ਸੀਗੇ। ਬਹੁਤ ਲੋਕਾਂ ਨੇ ਕੋਸ਼ਿਸ਼ ਕਰੀ ਹੈਗੀ ਔਰ ਜਿੰਨੀ ਕੁ ਇਨਫੋਰਮੇਸ਼ਨ ਸਾਡੇ ਕੋਲ ਸੀ, ਸਾਡੇ ਕੋਲ ਇੰਨੀ ਕੁ ਇਨਫੋਰਮੇਸ਼ਨ ਹੈਗੀ ਸੀ ਜਿਹੜੀ ਕਿ ਆਮ ਬੰਦੇ ਦੇ ਵੱਸ ਤੋਂ ਬਾਹਰ ਹੁੰਦੀ ਹੈਗੀ ਹੈ। ਬਾਹਰਲੀਆਂ ਲੋਕਾਂ ਨੇ ਬਹੁਤ ਕੋਸ਼ਿਸ਼, ਇੱਕ ਸਵਾਲ ਜਿਹੜਾ ਹੈਗਾ ਇਹਨਾਂ ਕੋਸ਼ਿਸ਼ਾਂ ਬਾਰੇ ਬਹੁਤ ਖੜਾ ਕੀਤਾ ਹੈ ਕਿ ਆਰ ਐਸ ਐਸ ਅਤੇ ਉਸ ਦੀਆਂ ਜਥੇਬੰਦੀਆਂ ਜਿਹੜੀਆਂ ਸੀਗੀਆਂ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਸੰਦੋਲਨ ਢਾਹ ਲਈ ਜਾਵੇ ਕਿਸੇ ਨਾ ਕਿਸੇ ਤਰੀਕੇ। ਦੇਖੋ ਜਦੋਂ ਤੁਸੀਂ ਤੁਹਾਡੀ ਸਰਕਾਰ ਹੈਗੀ ਹੈ ਤੁਹਾਡਾ ਮੱਥਾ ਲੱਗਿਆ ਸਰਕਾਰ ਦੇ ਨਾਲ, ਸਰਕਾਰ ਨੇ ਤਾਂ ਹਰ ਕੋਸ਼ਿਸ਼ ਕਰਨੀ ਹੈਗੀ ਹੈ, ਸਰਕਾਰ ਨੂੰ ਤੁਸੀਂ ਬਲੇਮ ਨਹੀਂ ਕਰ ਸਕਦੇ ਹੈਗੇ। ਉਹ ਜੇ ਤੁਸੀਂ ਉਹਨਾਂ ਦੇ ਖਿਲਾਫ ਕੋਈ ਐਜੀਟੇਸ਼ਨ ਕਰ ਰਹੇ ਹੈਗੇ ਹੋ, ਹੁਣ ਕੋਈ ਵੀ ਖਿਲਾਫ ਚਾਹੇ ਉਹ ਮੈਂ ਬੀਜੇਪੀ ਨਹੀਂ ਕਹਿੰਦਾ ਹੈਗਾ, ਤੁਸੀਂ ਇਹੀ ਗੱਲ ਇਮੇਜਿਨ ਕਰੋ ਕੱਲ ਨੂੰ ਕਿਤੇ ਕਾਂਗਰਸ ਦੀ ਸਰਕਾਰ ਹੁੰਦੀ ਹੈਗੀ ਇਹ ਐਜੀਟੇਸ਼ਨ ਦਾ ਕੀ ਹੋਣਾ ਸੀਗਾ। ਕਦੇ ਸੋਚ ਕੇ ਦੇਖੋ 84 ਦੇ ਵਿੱਚ ਦਰਬਾਰ ਸਾਹਿਬ ਦੇ ਨਾਲ ਕੀ ਹੋਇਆ ਹੈਗਾ, 84 ਦੇ ਵਿੱਚ ਸਾਡੀਆਂ ਧੀਆਂ ਭੈਣਾਂ ਦੇ ਨਾਲ ਉੱਥੇ ਦਿੱਲੀ ਦੇ ਵਿੱਚ ਕੀ ਹੋਇਆ ਹੈਗਾ। 84 ਦੇ ਵਿੱਚ ਕਹਿਣਾ ਚਾਹ ਰਹੇ ਕਿ ਕਿਸਾਨ ਹਜੇ ਸਸਤੇ ਛੁੱਟ ਗਏ ਨੇ, ਇਸ ਤੋਂ ਮਾੜਾ ਹੋ ਸਕਦਾ ਸੀਗਾ ਜੇ ਕੋਈ ਹੋਰ ਸਰਕਾਰ ਹੁੰਦੀ। ਨਹੀਂ ਦੇਖੋ ਮੈਂ ਇਹ ਕਹਿ ਰਿਹਾ ਹੈਗਾ ਜੇਕਰ ਸਭ ਤੋਂ ਵੱਡੀ ਕ੍ਰੈਡਿਟ ਕਿਸੇ ਨੂੰ ਸਿਰਾ ਜਾਂਦਾ ਹੈਗਾ ਕਿਸਾਨ ਲੀਡਰਸ਼ਿਪ ਨੂੰ ਜਾਂਦਾ ਹੈਗਾ, ਪੰਜਾਬ ਦੇ ਔਰ ਬਾਕੀ ਜਿਹੜੇ ਹੈਗੇ ਸੀ ਸਟੇਟਾਂ ਦੇ ਜਿਹੜੇ ਉੱਥੇ ਲੋਕੀ ਬੈਠੇ ਹੋਏ ਸੀ ਉਹਨਾਂ ਨੂੰ ਸਿਰਾ ਜਾਂਦਾ ਹੈਗਾ, ਉਹਨਾਂ ਦੀ ਵਜ੍ਹਾ ਕਰਕੇ ਨੁਕਸਾਨ ਨਹੀਂ ਹੋਇਆ। ਸਿਆਣਪ ਦੇ ਮਾਮਲੇ ਸਰਕਾਰ ਦੇ ਮੁਕਾਬਲੇ ਕਿਸਾਨ ਕਿਤੇ ਅਪਰ ਹੈਂਡ ਤੇ ਰਹੇ ਆ। ਡੈਫੀਨੇਟਲੀ ਕਿਸਾਨ ਲੀਡਰਸ਼ਿਪ ਜਿਹੜੀ ਹੈਗੀ ਹੈ ਮੈਂ ਮਾਣ ਨਾਲ ਕਹਿਣਾ ਹੈਗਾ ਜੀ, ਉਹਨਾਂ ਨੇ ਸਿਆਣਪ ਦਾ ਇੱਕ ਬਹੁਤ ਵੱਡਾ ਇੱਕ ਮੈਸੇਜ ਦਿੱਤਾ ਹੈਗਾ ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਚੜ੍ਹਾਈ ਹੋਈ ਹੈ ਸਪੈਸ਼ਲੀ, ਕਿਉਂਕਿ ਇਹਨਾਂ ਨੂੰ ਹਮੇਸ਼ਾ ਇੱਕ ਕਹਿੰਦੇ ਹੈਗੇ ਸੀ ਵੀ ਸਿੱਖਾਂ ਇਹ ਸਿੱਖਾਂ ਦੀ ਐਜੀਟੇਸ਼ਨ ਹੈਗੀ ਆ। ਚਲੋ ਠੀਕ ਹੈ, ਤੁਸੀਂ ਉਹ ਵੀ ਸੋਚ ਲਓ ਇਹ ਪੰਜਾਬੀਆਂ ਦੀ ਸਾਰਿਆਂ ਦੀ ਹੈਗੀ ਸੀ, ਇਹਦੇ ਵਿੱਚ ਸਿੱਖੀ ਨੂੰ ਵੀ ਇੱਕ ਬਹੁਤ ਅੱਛਾ ਪੋਜੀਟਿਵ ਇਮੇਜ ਮਿਲਿਆ। ਵੈਸੇ ਸਿਰਫ ਉੱਥੇ ਇਹ ਨਹੀਂ ਹੈਗਾ ਵੀ ਲੱਤਾਂ ਵੱਢ ਕੇ ਬੰਦੇ ਨੂੰ ਟੰਗ ਦੋ ਹੈਗੇ, ਸਿਰਫ ਉਹੀ ਬੰਦੇ ਹੈਗੇ ਨਹੀਂ, ਅਸੀਂ ਜਦੋਂ ਸੈਂਸੀਬਲ ਗੱਲ ਕਰਨੀ ਹੈ ਸਾਡੀ ਲੀਡਰਸ਼ਿਪ ਹੈਗੀ ਹੈ ਜਿਹੜੀਆਂ 8, 9, 10, 11 ਮੀਟਿੰਗਾਂ ਹੋਈਆਂ ਨੇ, ਡਾਇਲੋਗ ਕਰੇ ਹੈਗਾ, ਅਸੀਂ ਇੱਕ ਮੈਸੇਜ ਦਿੱਤਾ, ਉਹ ਮੈਸੇਜ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹਿਸਟੋਰੀਕਲ ਜਦੋਂ ਹਿਸਟਰੀ ਲਿਖੀ ਜਾਊਗੀ ਹੈਗੀ ਇੱਕ ਬਹੁਤ ਪੋਜੀਟਿਵ ਮੈਸੇਜ। ਐਨ ਆਰ ਆਈ ਦੇ ਵਿੱਚ ਇੰਡੀਅਨ ਗੌਰਮੈਂਟ ਦੀ ਇਮੇਜ ਅੱਜ ਵੀ ਉਸ ਤਰ੍ਹਾਂ ਦੀ ਹੈ ਜਿਹੜੀ ਇੱਕ ਸਾਲ ਪਹਿਲਾਂ ਇਹ ਸੀਗੀ, ਅੱਜ ਸੁਧਾਰ ਹੋਇਆ ਜਾਂ ਹੋਰ ਮਾੜੀ ਹੋਈ ਹੈ, ਪਰਟੀਕੁਲਰਲੀ ਦਰਸ਼ਨ ਧਾਲੀਵਾਲ ਵਾਲੇ ਐਪੀਸੋਡ ਤੋਂ ਬਾਅਦ? ਦੇਖੋ ਇਹ ਚੀਜ਼ ਇਹ ਇੰਸੀਡੈਂਟ ਹੁੰਦੇ ਹੈਗੇ ਨੇ, ਕਿਉਂਕਿ ਇੰਸੀਡੈਂਟ ਮੈਂ ਨਹੀਂ ਕਹਿੰਦਾ ਹੈਗਾ ਵੀ ਦਰਸ਼ਨ ਸਿੰਘ ਧਾਲੀਵਾਲ ਚੰਗਾ ਹੋਇਆ ਜਾਂ ਮਾੜਾ ਹੋਇਆ ਹੈਗਾ, ਉਹ ਦੱਸ ਸਕਦੇ ਹੈਗੇ ਨੇ ਕਿਉਂਕਿ ਰਿਐਲਿਟੀ ਕੀ ਹੈਗੀ ਸੀ ਉਹਦੇ ਵਿੱਚ। ਪਰ ਮੈਂ ਨਹੀਂ ਚਾਹੁੰਦਾ ਹੈਗਾ ਕਿਉਂਕਿ ਮੈਂ ਤਾਂ ਤੁਸੀਂ ਇਹ ਗੱਲ ਤੁਸੀਂ ਮੈਨੂੰ ਪਤਾ ਵੀ ਤੂੰ ਕਿਸ ਪਾਸੇ ਲੈ ਕੇ ਜਾ ਰਹੇ ਹੋ, ਮੈਂ ਤੁਹਾਨੂੰ ਆਪਣੇ ਆਪ ਦੱਸ ਦਿੰਦਾ ਹੈਗਾ, ਆਰ ਐਸ ਐਸ ਦੀ ਲੀਡਰਸ਼ਿਪ ਨੂੰ ਮੈਂ ਸ਼ਿਕਾਗੋ ਦੇ ਵਿੱਚ ਮਿਲਿਆ ਹੈਗਾ ਸੀ, ਮੈਂ ਇੱਥੇ ਨਾਗਪੁਰ ਨਹੀਂ ਆ ਕੇ ਮਿਲਿਆ ਹੈਗਾ ਸੀਗਾ, ਪਹਿਲਾਂ ਜਿਹੜਾ ਹੈਗਾ ਸੀ 2017 ਦਾ ਉੱਥੇ ਮੈਂ ਐਜ ਏ ਸਪੀਕਰ ਬੋਲਿਆ ਹੈਗਾ ਸੀਗਾ, ਔਰ ਮੈਂ ਸਿੱਖਾਂ ਦੀਆਂ ਮੰਗਾਂ ਉਠਾਈਆਂ ਹੈਗੀਆਂ ਸੀਗੀਆਂ, ਪੰਜਾਬ ਦੀਆਂ ਮੰਗਾਂ ਉਠਾਈਆਂ ਹੈਗੀਆਂ ਸੀਗੀਆਂ। ਉਸ ਤੋਂ 3 ਮਹੀਨੇ ਬਾਅਦ ਜਿਹੜਾ 84 ਦਾ ਜਿਹੜਾ ਸੱਜਣ ਕੁਮਾਰ ਨੂੰ ਸਜ਼ਾ ਹੁੰਦੀ ਹੈਗੀ ਹੈ, ਉਸ ਤੋਂ ਵਿਦ ਇਨ 3 ਮੰਥ ਮੇਰੀ ਤੁਸੀਂ ਜਾ ਕੇ ਉੱਥੇ ਸਪੀਚ ਪੁੱਛ ਲਓ ਹੈਗੋ, ਮੇਰਾ ਔਨ ਰਿਕਾਰਡ ਸਾਰਾ ਕੁਛ ਪਿਆ ਹੈਗਾ। ਉਸ ਤੋਂ ਬਾਅਦ ਜਿਹੜੀ ਹੈਗੀ ਬਲੈਕ ਲਿਸਟ ਖਤਮ ਹੁੰਦੀ ਹੈਗੀ ਹੈ, ਪੋਲੀਟੀਕਲ ਅਸਾਈਲਮ ਜਿਹੜੇ ਹੈਗੇ ਸੀ ਲੋਕੀ ਲੈ ਕੇ ਬੈਠੇ ਹੋਏ ਹੈਗੇ ਸੀ ਉੱਥੇ ਬਾਹਰਲੀ ਦੁਨੀਆ ਦੇ ਵਿੱਚ, ਉਹਨਾਂ ਨੂੰ ਪਾਸਪੋਰਟ ਮਿਲਦੇ ਹੈਗੇ ਨੇ, ਉਹਨਾਂ ਨੂੰ ਵੀਜ਼ੇ ਮਿਲਦੇ ਹੈਗੇ ਨੇ, ਤੁਸੀਂ ਇੰਨੇ ਕੰਮ ਕਰਵਾ ਸਕਦੇ ਹੈਗੇ ਹੋ। ਮੈਂ ਨਹੀਂ ਕਹਿੰਦਾ ਵੀ ਸੁੱਖੀ ਚਹਿਲ ਨੇ ਕਰਿਆ ਹੈਗਾ, ਸੁੱਖੀ ਚਹਿਲ ਨੇ ਇੱਕ ਜਿਹੜਾ ਮੈਸੇਜ ਹੈਗਾ ਸੀਗਾ, ਜਿਹੜੀਆਂ ਮੰਗਾਂ ਹੈਗੀਆਂ ਸੀਗੀਆਂ ਪੋਜੀਟਿਵਲੀ ਬਿਨਾਂ ਕਿਸੇ ਪੋਲੀਟੀਕਲ ਕੰਪਲਸ਼ਨ ਤੋਂ ਬਿਨਾਂ ਅਸੀਂ ਦੱਸੀਆਂ ਹੈਗੀਆਂ, ਉਹਨਾਂ ਨੂੰ ਅੱਛੀਆਂ ਲੱਗੀਆਂ ਹੈਗੀਆਂ, ਉਹਨਾਂ ਨੇ ਪੂਰੀਆਂ ਕਰੀਆਂ। ਉਸ ਤੋਂ ਬਾਅਦ ਕੁਛ ਇੰਸੀਡੈਂਟ ਇੱਦਾਂ ਦੇ ਵੀ ਹੋ ਜਾਂਦੇ ਹੈਗੇ ਨੇ ਵੀ ਜਿਸ ਤਰ੍ਹਾਂ ਤੁਸੀਂ ਦਰਸ਼ਨ ਸਿੰਘ ਧਾਲੀਵਾਲ ਦਾ ਗੱਲ ਕਰਿਆ ਹੈਗਾ, ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਖੋ ਜੇ ਹੁਣ ਤੁਸੀਂ ਰਸਤੇ ਬੰਦ ਕਰਕੇ ਬੈਠ ਗਏ ਹੈਗੇ, ਹੁਣ ਦਰਸ਼ਨ ਸਿੰਘ ਧਾਲੀਵਾਲ ਦਾ ਵੀ ਉਹਦਾ ਵੀ ਕੋਈ ਨਾ ਕੋਈ ਮੁੱਦਾ ਤਾਂ ਉਠਾਊਗਾ ਨਾ, ਉਹ ਤਾਂ ਹੋ ਸਕਦਾ ਸੁੱਖੀ ਚਹਿਲ ਨੂੰ ਉਠਾਉਣਾ ਪਵੇ ਹੈਗੇ, ਹੋਰ ਕਿਸੇ ਮੇਰੇ ਵਰਗੇ ਕੋਈ ਹੋਰ ਬਹੁਤ ਬੰਦੇ ਹੋਣਗੇ ਜਿਨ੍ਹਾਂ ਦੇ ਸਰਕਾਰ ਦੇ ਨਾਲ ਡਾਇਲੋਗ ਹੀ ਨਹੀਂ ਹੈਗਾ, ਉਹਦਾ ਸਲਿਊਸ਼ਨ ਤਾਂ ਨਹੀਂ, ਅਦਰਵਾਈਜ਼ ਤਾਂ ਬੰਦਾ ਉੱਥੇ ਬੈਠਾ ਹੈਗਾ, ਇੱਕ ਵਾਰੀ ਜਿਹੜਾ ਖਤਮ ਉਹ ਇੱਕ ਵਾਰੀ ਉੱਥੇ ਡਿਨਾਈ ਹੋ ਗਿਆ, ਪਰਸਨ ਵਿਲ ਨੋਟ ਬੀ ਕਮ ਬੈਕ, ਚਾਹੇ ਡਜ਼ਨਟ ਮੈਟਰ ਕਿ ਹਾਊ ਪਾਵਰਫੁਲ ਦਾ ਪਰਸਨ ਇਜ਼ ਉਹਦੇ ਵਿੱਚ, ਕਿਉਂਕਿ ਤੁਹਾਡੀ ਜਿਹੜੀ ਲੋਕਲ ਗੌਰਮੈਂਟ ਹੈ, ਜੇ ਗੌਰਮੈਂਟ ਕੈਨੇਡੀਅਨ ਗੌਰਮੈਂਟ ਹੁੰਦੀ ਜਾਂ ਯੂਐਸ ਗੌਰਮੈਂਟ ਨਹੀਂ ਹੁੰਦੀ, ਉਹ ਕਿਸੇ ਬੰਦੇ ਨੂੰ ਇੱਦਾਂ ਡਿਨਾਈ ਕਰਦੀ ਹੈਗੀ ਹੈ, ਉੱਥੇ ਕੋਈ ਪ੍ਰੈਸ਼ਰ ਨਹੀਂ ਕੰਮ ਕਰਦਾ, ਕਿਉਂਕਿ ਉੱਥੇ ਲੋਕਲ ਗੌਰਮੈਂਟ ਨੇ ਆਪਣਾ ਦੇਖਣਾ ਹੈਗਾ ਵੀ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਇੰਟਰਸਟ ਕੀ ਹੈਗੇ ਨੇ, ਉਹਨਾਂ ਲਈ ਕੀ ਹੈਗਾ। ਕਿਸੇ ਬੰਦੇ ਨੂੰ ਕਈ ਬੰਦਾ ਕਹਿੰਦਾ ਹੈ ਮੈਨੂੰ ਵੀਜ਼ਾ ਮਿਲ ਗਿਆ ਹੈਗਾ ਅਮੈਰੀਕਾ ਦਾ, ਨਹੀਂ, ਉਹ ਤੁਹਾਨੂੰ ਇੱਕ ਪਰਮਿਸ਼ਨ ਮਿਲੀ ਹੁੰਦੀ ਹੈਗੀ ਹੈ, ਜਿਹੜਾ ਵੀਜ਼ਾ ਮਿਲਣਾ ਹੁੰਦਾ ਹੈਗਾ ਤੁਹਾਨੂੰ ਏਅਰਪੋਰਟ 'ਤੇ ਜਿਹੜਾ ਇਮੀਗ੍ਰੇਸ਼ਨ ਆਫਿਸਰ ਨਾ ਉਹਨੇ ਡਿਸਾਈਡ ਕਰਨਾ ਹੈਗਾ ਵੀ ਤੁਸੀਂ ਉੱਥੇ ਕੰਟਰੀ ਦੇ ਵਿੱਚ ਜਾ ਸਕਦੇ ਹੋ ਜਾਂ ਨਹੀਂ ਜਾ ਸਕਦੇ ਹੈਗੇ, ਚਾਹੇ ਤੁਹਾਨੂੰ ਅੰਬੈਸੀ ਨੇ ਦੇ ਦਿੱਤਾ ਹੈ। ਮੇਰਾ ਸਵਾਲ ਹਜੇ ਵੀ ਉੱਥੇ ਹੈ, ਐਜ਼ ਅ ਹੋਲ ਇੰਡੀਅਨ ਗਵਰਨਮੈਂਟ ਦੀ ਇਮੇਜ ਸੁਧਰੀ ਹੈ ਇਸ ਇੰਸੀਡੈਂਟ ਤੋਂ ਬਾਅਦ, ਇਸ ਸਾਰੇ ਐਪੀਸੋਡ ਤੋਂ ਬਾਅਦ, ਜਾਂ ਵਿਗੜੀ ਹੈ? ਦੇਖੋ ਇਮੇਜ ਨੂੰ ਤਾਂ ਸੈਟਬੈਕ ਲੱਗਦਾ ਹੁੰਦਾ ਹੈਗਾ ਜਦੋਂ ਐਡਾ ਵੱਡਾ ਐਜੀਟੇਸ਼ਨ ਹੋਵੇ, ਲੋਕੀ ਨਾਲ ਜੁੜੇ ਹੋਣ, ਉਹ ਲੱਗਦਾ ਹੈਗਾ। ਪਰ ਇਹ ਦੋਨੇ ਸਾਈਡ ਦੇ ਉੱਤੋਂ ਤੁਸੀਂ ਕਿਸ ਸਾਈਡ ਤੋਂ ਦੇਖਦੇ ਹੈਗੇ ਹੋ, ਜੇਕਰ ਆਪਾਂ ਪੰਜਾਬ ਸਾਈਡ ਤੋਂ ਦੇਖਦੇ ਹੈਗੇ ਹਾਂ ਵੀ ਹਾਂ ਸਾਡੇ ਨਾਲ ਇੱਦਾਂ ਹੋਇਆ ਵਾਹ,
ਨਹੀਂ ਨਵੇਂ ਦੀ ਬਜਾਏ ਕੁਛ ਇੱਦਾਂ ਦੇ ਇਸ਼ੂ ਹੈਗੇ ਨੇ ਜਿਹੜੇ ਬੀਜੇਪੀ ਦਾ ਨਾਰਾ ਹੈ ਨਵਾਂ ਪੰਜਾਬ ਲੈ ਕੇ ਚੋਣਾਂ ਵਿੱਚ ਮੈਂ ਇਹ ਇਹ ਵੀ ਨਹੀਂ ਕਹਿ ਸਕਦਾ ਬੀਜੇਪੀ ਦਾ ਵੀ ਦੇਖੋ ਕਈ ਹੁੰਦੇ ਹੈਗੇ ਨੇ ਕੁਛ ਲੋਕ ਹੈਗੇ ਨੇ ਜਿਹੜੇ ਲੀਡਰਸ਼ਿਪ ਨੂੰ ਮੈਸੇਜ ਦੇ ਰਹੇ ਹੈਗੇ ਨੇ ਅਤੇ ਉਹਦੇ ਵਿੱਚੋਂ ਐੱਨ ਆਰ ਆਈ ਦੇ ਵਿੱਚ ਵੀ ਹੈਗੇ ਨੇ ਉਹ ਲੋਕਲ ਲੀਡਰਸ਼ਿਪ ਵੀ ਕਹਿੰਦੀ ਹੈਗੀ ਆ ਬਈ ਇਹ ਜਿਹੜੇ ਲੋਕ ਹੈਗੇ ਨੇ ਇਹ ਬਾਰਡਰ ਸਟੇਟ ਹੈਗੀ ਆ ਪੰਜਾਬ ਇਹ ਲੋਇਲ ਸਟੇਟ ਹੈਗੀ ਆ ਇਹਨੇ ਪੰਜਾਬ ਦਾ ਫੁੱਟਬਾਲ ਲਈ ਹੈਗੀ ਹੈ ਇਹਨਾਂ ਨੇ ਬਹੁਤ ਮਿਹਨਤ ਕਰੀਆਂ ਨੇ ਬਹੁਤ ਕੁਰਬਾਨੀਆਂ ਕਰੀਆਂ ਨੇ ਪੰਜਾਬ ਦੇ ਵਿੱਚ ਨਹੀਂ ਬਾਹਰ ਪੰਜਾਬ ਦੇ ਵਿੱਚ ਜਾ ਕੇ ਬਾਹਰ ਵੀ ਬਹੁਤ ਪੰਜਾਬ ਸਾਏ ਹੋਏ ਹੈਗੇ ਨੇ ਇਹਨਾਂ ਨਾਲ ਵਿਗਾੜਨ ਦੀ ਇਹਨਾਂ ਨੇ ਨਾਲ ਮੱਥਾ ਲਾਉਣ ਦੀ ਕੋਈ ਉਹ ਨਹੀਂ ਹੁੰਦਾ ਪਰ ਸਾਨੂੰ ਹਮੇਸ਼ਾ ਪੰਜਾਬੀਆਂ ਨੂੰ ਹਮੇਸ਼ਾ ਜਿਹੜੀਆਂ ਬਾਹਰ ਦੀਆਂ ਸ਼ਕਤੀਆਂ ਹੈਗੀਆਂ ਨੇ ਉਹਨਾਂ ਨੇ ਹਮੇਸ਼ਾ ਯੂਜ਼ ਕਰਿਆ ਹੈਗਾ ਔਰ ਇੱਥੇ ਵੀ ਯੂਜ਼ ਕਰਨ ਦੀ ਕੋਸ਼ਿਸ਼ ਕਰੀ ਗਈ ਹੈਗੀ ਹੈ ਇਸ ਕਰਕੇ ਸਰਕਾਰ ਪੰਜਾਬ ਨੂੰ ਸਮਝ ਪਾ ਰਹੀ ਹੈ ਹੁਣ ਤਾਂ ਜੀ ਜੇ ਹਲੇ ਵੀ ਨਹੀਂ ਸਮਝ ਪਾ ਰਹੀ ਹੈਗੀ ਨਾ ਫਿਰ ਤਾਂ ਇਟਸ ਟੂ ਲੇਟ ਜੇ ਨਹੀਂ ਸਮਝ ਪਾਈ ਹੁੰਦੀ ਹੈਗੀ ਨਾ ਤਾਂ ਤੁਸੀਂ ਦੇਖ ਲਓ ਵੀ ਅੱਜ ਤੱਕ ਮੋਦੀ ਸਾਹਿਬ ਨੇ ਕੋਈ ਇਹੋ ਜਿਹਾ ਫੈਸਲਾ ਕਰਿਆ ਹੈਗਾ ਵੀ ਜਿਹੜਾ ਲੈ ਕੇ ਵਾਪਸ ਕਰਿਆ ਹੋਵੇ ਹੈਗੇ ਉਹ ਵੀ ਇੱਕ ਵੱਡੇਪਣ ਦੀ ਜੇ ਆਪਾਂ ਕਹੀਏ ਨਾ ਵੀ ਧੌਣ ਅਤੇ ਗੋਡਾ ਰੱਖ ਕੇ ਵੀ ਅਸੀਂ ਉਹ ਕਰਵਾ ਲਿਆ ਨਹੀਂ ਉਹ ਬਹੁਤ ਗਲਤ ਗੱਲ ਹੋਈ ਤੁਸੀਂ ਮੋਦੀ ਸਾਹਿਬ ਨਾਲ ਪੰਗਾ ਲੈ ਸਕਦੇ ਹੈਗੇ ਹੋ ਮੋਦੀ ਸਾਹਿਬ ਦੇ ਪਿੱਛੇ ਇੱਕ ਸਟੇਟ ਹੈਗੀ ਹੈ ਸਟੇਟ ਨਾਲ ਪੰਜਾਬ ਨੇ ਪਹਿਲਾਂ ਪੰਗਾ ਲਿਆ ਹੈਗਾ ਸੀਗਾ ਨੁਕਸਾਨ ਬਹੁਤ ਕਰਾ ਕੇ ਬੈਠ ਗਏ ਹੈਗੇ ਇਸ ਕਰਕੇ ਜੋ ਸੋਚ ਰਹੇ ਹੈਗੇ ਨੇ ਮੈਂ ਤਾਂ ਕਹਿੰਦਾ ਵੀ ਚਲੋ ਮੋਦੀ ਸਾਹਿਬ ਕਹਿੰਦੇ ਹੈਗੇ ਨੇ ਵੀ ਸਾਡੇ ਤੋਂ ਗਲਤੀ ਹੋ ਗਈ ਅਸੀਂ ਸਮਝਣ ਦੇ ਵਿੱਚ ਅਸਮਰਥ ਰਹੇ ਹੈਗੇ ਜਾਂ ਸਮਝਾਉਣ ਦੇ ਵਿੱਚ ਅਸਮਰਥ ਰਹੇ ਹੈਗੇ ਫੈਸਲਾ ਵਾਪਸ ਲੈ ਲਿਆ ਹੈਗਾ ਚਲੋ ਠੀਕ ਹੈ ਅਸੀਂ ਤਾਂ ਮੈਂ ਤਾਂ ਉਹਨਾਂ ਦਾ ਵੀ ਧੰਨਵਾਦ ਕਰਦਾ ਹੈਗਾ ਪਰ ਮੈਂ ਬੇਨਤੀ ਵੀ ਕਰਦਾ ਹੈਗਾ ਤੁਹਾਡੇ ਮੀਡੀਅਮ ਰਾਹੀਂ ਵੀ ਬੇਨਤੀ ਕਰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਪੰਜਾਬ ਨੂੰ ਸੈਂਟਰ ਦੀ ਕੋਪਰੇਸ਼ਨ ਦੀ ਬਹੁਤ ਜ਼ਰੂਰਤ ਹੈਗੀ ਹੈ ਸੁਖੀ ਚਾਹਲ ਨੂੰ ਇਹ ਨਹੀਂ ਲੱਗਦਾ ਕਿ ਜਦੋਂ ਸੁਖੀ ਚਾਹਲ ਇਹ ਕਹਿੰਦੇ ਨੇ ਕਿ ਮੋਦੀ ਸਾਹਿਬ ਨੇ ਵੀ ਠੀਕ ਕੀਤਾ ਕਿਸਾਨਾਂ ਨੂੰ ਵੀ ਥੋੜ੍ਹਾ ਠਰਮਾ ਹੁਣ ਰੱਖਣਾ ਚਾਹੀਦਾ ਉਹ ਲੋਕ ਜਿਹੜੇ ਇਸ ਪੂਰੇ ਅੰਦੋਲਨ ਦੇ ਵਿਚਾਰੇ 2020 ਦੇ ਪੋਸਟਰ ਵੀ ਚੱਕ ਰਹੇ ਸੀਗੇ ਖਾਲਿਸਤਾਨ ਦੇ ਪੋਸਟਰ ਵੀ ਚੱਕ ਰਹੇ ਸੀਗੇ ਉਹਨਾਂ ਦੇ ਨਾਲ ਜਿਹੜਾ ਕਲੈਸ਼ ਹੈਗਾ ਹੋਰ ਜ਼ਿਆਦਾ ਵਧੇਗਾ ਦੇਖੋ ਜਿਹੜੀ ਖਾਲਿਸਤਾਨੀ ਤਰ੍ਹਾਂ ਹੈਗੇ ਨੇ 2020 ਹੋ ਗਈਆਂ ਜਾਂ ਹੋਰ ਇੱਦਾਂ ਦੀ ਤਰ੍ਹਾਂ ਹੈਗੇ ਉਹਨਾਂ ਦੀ ਦੁਕਾਨਦਾਰੀ ਹੈਗੀ ਹੈ ਤੁਸੀਂ ਇਹ ਨਾ ਇੰਨੀ ਸੀਰੀਅਸ ਨਹੀਂ ਲੈ ਲਓ ਉਹਨਾਂ ਨੂੰ ਵੀ ਸ਼ਾਇਦ ਉਹਨਾਂ ਨੇ ਕੀ ਕਰ ਦੇਣਾ ਹੈਗਾ ਉਹਨਾਂ ਦੀ ਦੁਕਾਨਦਾਰੀ ਹੈਗੀ ਸੀ ਉਹਨਾਂ ਤੋਂ ਬੇਈਮਾਨ ਬੰਦਾ ਮੈਂ ਕਹਿੰਦਾ ਵੀ ਕੋਈ ਸਿੱਖਾਂ ਦੇ ਵਿੱਚ ਨਹੀਂ ਹੋ ਸਕਦਾ ਹੈਗਾ ਜਦੋਂ ਕਿਸਾਨਾਂ ਦੀ ਐਜੀਟੇਸ਼ਨ ਚੱਲਦੀ ਹੋਵੇ ਹੈਗੇ ਐਡੀ ਵੱਡੀ ਐਜੀਟੇਸ਼ਨ ਇਸ ਲੈਵਲ ਦੇ ਉੱਤੇ ਲੋਕਾਂ ਨੇ ਵੈਂਟ ਆਊਟ ਆਫ ਦਾ ਵੇ ਹਰ ਇੱਕ ਚੀਜ਼ ਤੋਂ ਤਰ੍ਹਾਂ ਉਹਨਾਂ ਨੂੰ ਸਪੋਰਟ ਕਰਿਆ ਹੋਵੇ ਹੈਗੇ ਉਹ ਦੂਜੇ ਪਾਸੇ ਇਹ ਜਿਹੜੇ ਇੱਥੋਂ 2020 ਲਾ ਲਓ ਉਹ ਕੋਈ ਸੋ ਕਾਲਡ ਖਾਲਿਸਤਾਨੀ ਹੈਗਾ ਉਹਨਾਂ ਨੇ ਕਦੇ ਇੱਥੇ ਪੰਜਾਬ ਦੀ ਧਰਤੀ 'ਤੇ ਆਉਣਾ ਨਹੀਂ ਹੈਗਾ ਇਹਨਾਂ ਦੀ ਆੜ ਦੇ ਵਿੱਚ ਉਹ ਝੰਡੇ ਲਵਾਉਣੇ ਖਾਲਿਸਤਾਨ ਦੀ ਇੱਕ ਚੱਲ ਰਹੀ ਐਜੀਟੇਸ਼ਨ ਨੂੰ ਇੱਕ ਗਲਤ ਡਾਇਰੈਕਸ਼ਨ ਦੇਣੀ ਹੈਗੀ ਦੈਟ ਇਜ਼ ਅਨਐਕਸੈਪਟੇਬਲ ਉਹਨਾਂ ਦੀ ਦੁਕਾਨਦਾਰੀ ਹੈਗੀ ਸੀ ਉਹ ਪਤਾ ਨਹੀਂ ਕਿਹਦੇ ਵਿਹਾਵ 'ਤੇ ਕਰ ਰਹੇ ਸੀਗੇ ਉਹ ਕਦੇ ਵੀ ਜਿਹੜੀ ਸਿੱਖ ਕੌਮ ਨੂੰ ਕਦੇ ਇਹਨਾਂ ਚੀਜ਼ਾਂ ਨੂੰ ਮਾਫ਼ ਨਹੀਂ ਕਰਨਾ ਚਾਹੁੰਦੇ ਜਿਹੜੇ ਬੰਦਿਆਂ ਨੇ ਸਪੈਸ਼ਲੀ ਇਸ ਚੀਜ਼ ਦੇ ਵਿੱਚ ਦਗਾ ਦਿੱਤੀ ਹੈਗੀ ਆ ਔਰ ਮੈਂ ਇਹ ਕਹਿੰਦਾ ਵੀ ਮੈਂ ਜੇ ਮੇਰੇ ਰਿਲੇਸ਼ਨ ਹੈਗੇ ਸੀਗੇ ਮੇਰੇ ਰਿਲੇਸ਼ਨ ਮੋਦੀ ਸਾਹਿਬ ਨੂੰ ਵੀ ਹੈਗੇ ਸੀਗੇ ਅਮਿਤ ਸ਼ਾਹ ਜੀ ਨਾਲ ਵੀ ਹੈਗੇ ਨੇ ਜਾਂ ਹੋਰ ਵੀ ਚਾਹੇ RSS ਨਾਲ ਹੋਣ ਜਾਂ ਬੀਜੇਪੀ ਨਾਲ ਕਿਸੇ ਨਾਲ ਵੀ ਅਸੀਂ ਹਮੇਸ਼ਾ ਪੋਜੀਟਿਵ ਰੋਲ ਪਲੇ ਕਰ ਹੈਗੇ ਮੈਂ ਅੱਜ ਤੱਕ ਕਦੇ ਇਹ ਨਹੀਂ ਹੈਗਾ ਵੀ ਤੁਸੀਂ ਪੰਜਾਬ ਦੇ ਖਿਲਾਫ਼ ਨਹੀਂ ਬੋਲੇ ਹੈਗੇ ਕਦੇ ਸਿੱਖਾਂ ਦੇ ਖਿਲਾਫ਼ ਨਹੀਂ ਬੋਲ ਸਕਦੇ ਹੈਗੇ ਔਰ ਇਹ ਜਿਹੜੇ ਲੋਕ ਹੈਗੇ ਸੀਗੇ ਤੁਹਾਡੀ ਐਜੀਟੇਸ਼ਨ ਜਿਹੜੀ ਪੰਜਾਬ ਦੀ ਜਿਹੜੀ ਕਿਸਾਨਾਂ ਦੀ ਐਜੀਟੇਸ਼ਨ ਉਹਦੇ ਵਿੱਚ ਪਿੱਠ ਦੇ ਸ਼ੁਰਾ ਮਾਰੇ ਹੈਗੇ ਨੇ ਇਸ ਐਕਸਟ੍ਰੀਮਿਸਟ ਵਾਲੀ ਥੋਟ ਪ੍ਰੋਸੈਸ ਜਿਹੜਾ ਹੈਗਾ ਇਸ ਦੇ ਵਿੱਚ ਇਹ ਵੀ ਮੰਨਿਆ ਜਾਂਦਾ ਕਿ RSS ਔਰ ਇਸ ਤਰ੍ਹਾਂ ਦੀ ਜਿਹੜੀ ਜਥੇਬੰਦੀਆਂ ਨੇ ਉਹ ਵੀ ਕੁਛ ਨਾ ਕੁਛ ਰੋਲ ਪਲੇ ਕਰਦੀਆਂ ਨੇ ਇਹਦੇ ਵਿੱਚ ਡਿਫਰੈਂਸ ਕ੍ਰੀਏਟ ਹੁੰਦਾ ਰਹੇ ਇਹਦੇ ਵਿੱਚ ਦੇਖੋ ਇੱਕ ਸਾਡੀ ਤਰਾਸ਼ਦੀ ਹੈਗੀ ਹੈ ਅਸੀਂ ਕੋਈ ਵੀ ਚੀਜ਼ ਹੋਵੇ ਉਹਨੂੰ ਸਭ ਤੋਂ ਪਹਿਲਾਂ ਕਹਿੰਦੇ ਜੀ RSS ਨੇ ਕਰਾਤੀ ਇਸ ਤੋਂ ਪਹਿਲਾਂ ਹੁੰਦਾ ਹੈਗਾ ਸੀਗਾ ਜਦੋਂ ਅਸੀਂ ਕਾਲਜ ਦੇ ਵਿੱਚ ਹੁੰਦੇ ਹੈਗੇ ਸੀ ਇਹ ਇੰਦਰਾ ਗਾਂਧੀ ਨੇ ਕਰਾਤਾ ਇਹ ਕਾਂਗਰਸ ਨੇ ਕਰਾਤਾ ਠੀਕ ਹੈ ਹੁਣ ਸਡਨਲੀ ਕੀ ਹੋ ਗਿਆ RSS ਨੇ ਕਰਾਤਾ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਹੈਗਾ ਆਪਾਂ ਕਹਿੰਦੇ ਜੀ ਸਾਡੇ ਗੁਰਦੁਆਰਿਆਂ 'ਚ ਬੇਅਦਬੀ ਹੋਈ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹਦਾ ਕੋਈ ਇਨਸਾਫ ਨਹੀਂ ਮਿਲਿਆ ਹੈਗਾ ਨਾ ਤੁਸੀਂ ਅਮੈਰੀਕਾ ਕੈਨੇਡਾ ਚਲੇ ਜਾਓ ਅੱਗੋਂ ਜਿਹੜੇ ਵੀ ਪ੍ਰੋਮੀਨੈਂਟ ਗੁਰਦੁਆਰੇ ਹੈਗੇ ਨੇ ਸਾਡੇ ਉੱਥੇ ਡੰਗ ਚੱਲਦੀ ਹੈਗੀ ਹੈ ਸਾਡੇ ਉੱਥੇ ਬੇਅਦਬੀ ਹੁੰਦੀ ਹੈਗੀ ਹੈ ਸਾਡੇ ਉੱਥੇ ਲੜਾਈਆਂ ਹੁੰਦੀਆਂ ਨੇ ਸਾਡੇ ਉੱਥੇ ਹਰ ਇੱਕ ਜਿਹੜਾ ਮੇਨ ਗੁਰਦੁਆਰੇ ਦਾ ਜਿਹੜਾ ਕੇਸ ਹੈਗਾ ਲੋਕਲ ਕੋਰਟਾਂ ਦੇ ਵਿੱਚ ਮਿਲੀਅਨਸ ਆਫ ਡਾਲਰ ਜਿਹੜਾ ਅਸੀਂ ਲੀਗਲ ਫੀਸ ਦੇ ਉੱਤੇ ਚਾਹ ਕਰ ਰਹੇ ਹੈਗੇ ਹਾਂ ਕੀ ਉੱਥੇ RSS ਕਰਵਾ ਰਹੀ ਹੈ ਕੀ ਉੱਥੇ ਉੱਥੇ ਵੀ RSS ਕਰਵਾ ਰਹੀ ਹੈਗੀ ਹੈ ਇਹ ਜਿਹੜਾ ਹੁੰਦਾ ਨਾ ਵੀ ਤੁਸੀਂ ਇੱਕ ਲੱਭਣਾ ਹੁੰਦਾ ਹੈਗਾ ਵੀ ਇੱਕ ਨੈਰੇਟਿਵ ਬਿਲਡ ਕਰਨਾ ਹੈਗਾ ਜਿਹੜੀ ਕਿ ਉਹ ਪਾਕਿਸਤਾਨ ਦੀ ਵੀ ਇਹੀ ਇੰਟੈਂਸ਼ਨ ਹੈਗੀ ਹੈ ਵੀ ਸਿੱਖਾਂ ਨੂੰ ਕਿਤੇ ਹਿੰਦੂਆਂ ਦੇ ਜਾਂ ਇਹਨਾਂ ਦੇ ਇੱਕ ਰਿਲੇਸ਼ਨ ਪੋਜੀਟਿਵ ਨਾ ਹੋ ਜਾਣ ਉਹਦੇ ਵਿੱਚ ਕੀ ਹੁੰਦੇ RSS ਨੂੰ ਹਰ ਇੱਕ ਜਗ੍ਹਾ 'ਤੇ ਉਹ ਕਰਨਾ ਬਲੇਮ ਕਰਨਾ ਹੈਗਾ ਮੈਂ ਇਹ ਨਹੀਂ ਕਹਿੰਦਾ ਹੈਗਾ ਦੇਖੋ ਨਾ ਤਾਂ ਮੈਂ RSS ਦਾ ਮੈਂਬਰ ਹੈਗਾ ਨਾ ਮੈਂ BJP ਦਾ ਮੈਂਬਰ ਹੈਗਾ ਔਰ ਨਾ ਹੀ ਮੈਨੂੰ ਇਹ ਹੈਗਾ ਵੀ ਜੇ ਸੱਚੀ ਗੱਲ ਹੈਗੀ ਕੋਈ ਪੋਜੀਟਿਵ ਤੁਹਾਡੇ ਲਈ ਕਮਿਊਨਿਟੀ ਲਈ ਕੋਈ ਕੰਮ ਕਰਦਾ ਹੈਗਾ ਡੈਫੀਨੇਟਲੀ ਹੈਵੇ ਰਿਲੇਸ਼ਨ ਵਿਦ ਦੈਮ ਸਿੱਟ ਡਾਊਨ ਵਿਦ ਦੈਮ ਟੋਕ
ਟਾਕ ਟੂ ਦੈਮ ਔਰ ਟਾਕ ਟੂ ਦੈਮ ਓਪਨਲੀ ਔਰ ਪਹਿਲੀ ਬੰਦਾ ਹੋਊਗਾ ਈਵਨ ਕਿ ਸਿੱਖਾਂ ਦੇ ਵਿੱਚ ਦੱਸੂਗਾ ਜਿਹੜਾ ਬੰਦਾ ਕਹਿੰਦਾ ਹੈ ਮੈਂ ਠੋਕ ਕੇ ਕਹਿੰਦਾ ਵੀ ਹਾਂ ਮੈਂ ਆਰ ਐੱਸ ਐੱਸ ਦੀ ਲੀਡਰਸ਼ਿਪ ਨੂੰ ਮੈਂ ਮਿਲਿਆ ਔਰ ਮਿਲਾਂ ਅੱਜ ਵੀ ਪਹਿਲਾਂ ਵੀ ਮਿਲਦਾ ਸੀ ਅੱਜ ਵੀ ਔਰ ਕੱਲ੍ਹ ਵੀ ਮਿਲਾਂਗਾ ਕਿਉਂ ਕਿਉਂਕਿ ਜਦੋਂ ਵੀ ਕੋਈ ਸਿੱਖਾਂ ਦੇ ਰਿਲੇਟਡ ਕੋਈ ਇਸ਼ੂ ਆਊਗਾ ਹੈਗਾ ਜੇ ਸਾਡਾ ਪੋਜ਼ਿਟਿਵ ਰੋਲ ਹੈਗਾ ਜੇ ਸਾਡਾ ਰਿਲੇਸ਼ਨ ਹੋਊਗਾ ਤੁਸੀਂ ਤਾਂ ਹੀ ਕੰਟਰੀਬਿਊਟ ਕਰ ਸਕਦੇ ਹੈਗੇ ਜੇ ਤੁਹਾਡਾ ਰਿਲੇਸ਼ਨ ਹੀ ਨਹੀਂ ਹੈਗਾ ਤੁਹਾਡੀ ਵੈਲਿਊ ਕੋਈ ਨਹੀਂ ਹੈਗੀ ਤੁਹਾਨੂੰ ਕੋਈ ਪੁੱਛਦਾ ਨਹੀਂ ਹੈਗਾ ਇਸੇ ਕਰਕੇ ਜੇ ਤੁਸੀਂ ਇੱਦਾਂ ਟੁੱਟ ਕੇ ਬੈਠੇ ਰਹੋਗੇ ਹੈਗੇ ਤੁਹਾਡੀਆਂ ਜਿਹੜੀਆਂ ਬਾਹਰਲੀਆਂ ਐਂਟੀ ਜਿਹੜੀ ਸਿੱਖ ਫੋਰਸਿਸ ਹੋ ਗਈਆਂ ਜਾਂ ਐਂਟੀ ਪੰਜਾਬ ਫੋਰਸਿਸ ਹੋ ਗਈਆਂ ਹੈਗੀਆਂ ਉਹ ਤਾਂ ਇਹੀ ਚਾਹੁੰਦੀ ਹੈਗੀਆਂ ਨੇ ਵੀ ਇਹਨਾਂ ਦੇ ਕਿਤੇ ਨੇੜੇ ਨਾ ਆਓ ਔਰ ਸਾਡੀ ਕੋਸ਼ਿਸ਼ ਹਮੇਸ਼ਾ ਰਹੀ ਹੈਗੀ ਵੀ ਦੇਖੋ ਜਿੰਨੀ ਮਿਹਨਤ ਕਰਕੇ ਕਿਸੇ ਵੀ ਕਿਸੇ ਤਰ੍ਹਾਂ ਪੋਜ਼ਿਟਿਵ ਰੋਲ ਪਲੇ ਕਿਉਂਕਿ ਅਸੀਂ ਇੱਥੇ ਆ ਕੇ ਖੇਤੀ ਨਹੀਂ ਕਰਨੀ ਹੈਗੀ ਅਸੀਂ ਇੱਥੇ ਆ ਕੇ ਵਸਣਾ ਨਹੀਂ ਕਿਉਂਕਿ ਇਹ ਤਾਂ ਯੂਐਸ ਸਿਟੀਜ਼ਨ ਹੈਗੇ ਆ ਸਾਡੇ ਬੱਚੇ ਹੈਗੇ ਨੇ ਉਹਨਾਂ ਨੇ ਕਦੇ ਪਤਾ ਨਹੀਂ ਆਉਣਾ ਜਾਂ ਨਹੀਂ ਆਉਣਾ ਹੈਗਾ ਪਰ ਐਂਡ ਆਫ ਦਾ ਡੇ ਜਿੰਨੀ ਕੁ ਮੇਰੀ ਇਸ ਮਿੱਟੀ ਦੇ ਨਾਲ ਮੋਹ ਹੈਗਾ ਮੈਂ ਉਹ ਇੱਕ ਰੋਲ ਪਲੇ ਕਰ ਰਿਹਾ ਹੈਗਾ ਔਰ ਹਮੇਸ਼ਾ ਕਰਦਾ ਰਹਾਂਗਾ ਔਰ ਦੂਜੀ ਗੱਲ ਜਿਹੜਾ ਤੁਸੀਂ ਕਹਿੰਦੇ ਵੀ ਆਰ ਐੱਸ ਐੱਸ ਦਾ ਦਿਸ ਐਂਡ ਦੈਟ ਅਨਸੈਸਰੀ ਪੰਜਾਬੀਆਂ ਦੇ ਵਿੱਚ ਇਹ ਹੈਗੇ ਵੀ ਤੁਸੀਂ ਕਈ ਲੋਕਾਂ ਨੂੰ ਪਾਵਰਫੁੱਲ ਲੋਕਾਂ ਨੂੰ ਅਨਸੈਸਰੀ ਦੁਸ਼ਮਣ ਬਣਾ ਲੈਂਦੇ ਹੈਗੇ ਬਿਨਾਂ ਵਜ੍ਹਾ ਦੁਸ਼ਮਣ ਬਣਾ ਲੈਂਦੇ ਹੋ ਵੀ ਤੁਸੀਂ ਕਹਿੰਦੇ ਵੀ ਆਰ ਐੱਸ ਐੱਸ ਨੇ ਸਾਡਾ ਉਹ ਕਰ ਦਿੱਤਾ ਜੀ ਉਹ ਕਰ ਦਿੱਤਾ ਹੈਗਾ ਪਰ ਮੈਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਮੈਂ ਉਸ ਚੀਜ਼ ਦੇ ਉੱਤੇ ਬਹੁਤ ਲੋਕਾਂ ਨੂੰ ਮਿਲਿਆ ਵੀ ਮੈਨੂੰ ਦੱਸੋ ਵੀ ਆਪਣੇ ਆਰ ਐੱਸ ਐੱਸ ਨੇ ਕਿੰਨੇ ਸਿੱਖਾਂ ਨੂੰ ਹਿੰਦੂ ਜ਼ਬਰਦਸਤੀ ਬਣਾ ਦਿੱਤਾ ਕੋਈ ਇਹੋ ਐਗਜ਼ਾਮਪਲ ਨਹੀਂ ਔਰ ਹਾਂਜੀ ਹਾਂ ਆਰ ਐੱਸ ਐੱਸ ਨੇ ਜੇ ਉਹ ਫਲਾਨਾ ਉਹ ਕਰਿਆ ਹੈਗਾ ਦਿਸ ਐਂਡ ਦੈਟ ਹਵਾ ਦੇ ਵਿੱਚ ਗੱਲ ਕਰਦੇ ਹੈਗੇ ਕੋਈ ਫੈਕਚੁਅਲ ਗੱਲ ਨਹੀਂ ਹੈਗੀ ਔਰ ਦੂਜੇ ਪਾਸੇ ਤੁਸੀਂ ਦੇਖ ਲਓ ਚਾਹੇ ਕੁਛ ਵੀ ਹੈਗਾ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਜਿਹੜਾ ਇੱਕ ਹੋਰ ਮੈਂ ਛੋਟਾ ਸਵਾਲ ਪੁੱਛਦਾ ਆਰ ਐੱਸ ਐੱਸ ਦਾ ਥੋਟ ਪ੍ਰੋਸੈਸ ਜਿਹੜਾ ਹੈਗਾ ਹਾਂਜੀ ਸਿੱਖਾਂ ਲਈ ਠੀਕ ਦੇਖੋ ਮੈਂ ਨਾ ਤਾਂ ਉਹਨਾਂ ਦਾ ਫਿਰ ਅਗੇਨ ਮੈਂਬਰ ਹੈਗਾ ਨਹੀਂ ਜੋ ਤੁਸੀਂ ਉਹਨਾਂ ਨੂੰ ਆਪਾਂ ਨਾ ਗਲਤ ਕਹਿ ਰਹੇ ਹਾਂ ਨਾ ਸਹੀ ਕਹਿ ਰਹੇ ਹਾਂਜੀ ਹਾਂ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਬਾਹਰ ਵੀ ਰਹਿ ਰਹੇ ਹੋ ਇਹ ਕਿਹਾ ਜਾਂਦਾ ਕਿ ਅਕਸਰ ਦੂਰ ਬਹਿ ਕੇ ਚੀਜ਼ਾਂ ਜ਼ਿਆਦਾ ਵਧੀਆ ਤਰੀਕੇ ਓਬਜ਼ਰਵ ਹੁੰਦੀਆਂ ਨੇ ਸੁਖੀ ਚੰਦ ਨੂੰ ਕੀ ਲੱਗਦਾ ਕਿ ਆਰ ਐੱਸ ਐੱਸ ਦਾ ਥੋਟ ਪ੍ਰੋਸੈਸ ਸਿੱਖਾਂ ਲਈ ਠੀਕ ਦੇਖੋ ਸਿੱਖ ਭਾਈਚਾਰੇ ਦੇਖੋ ਸਿੱਖ ਇੱਕ ਵੱਖਰੀ ਕੌਮ ਹੈ ਔਰ ਮੈਂ ਇਸ ਚੀਜ਼ ਦੇ ਵਿੱਚ 100% ਸਹਿਮਤ ਹਾਂ ਔਰ ਹਮੇਸ਼ਾ ਮੈਂ ਦਾਅਵਾ ਕਰ ਰਿਹਾ ਹੈਗਾ ਔਰ ਸਾਰੇ ਸਿੱਖਾਂ ਨੂੰ ਕਰਨਾ ਚਾਹੀਦਾ ਸਿੱਖ ਇੱਕ ਵੱਖਰੀ ਕੌਮ ਹੈ ਔਰ ਵੱਖਰੀ ਸਾਡੀ ਪਹਿਚਾਣ ਹੈਗੀ ਹੈ ਵੱਖਰੀ ਪਹਿਚਾਣ ਤੇ 25-20 ਦਾ ਮੁੱਦਾ ਜਿਹੜਾ ਉੱਠਦਾ ਹੈ ਉਹ ਸੋਲਵ ਹੋ ਜਾਏਗਾ ਇੰਡੀਅਨ ਕਨਸਟੀਟਿਊਸ਼ਨ ਦਾ ਆਰਐਸਐਸ ਹੈਗੀ ਹੈ ਸਰਕਾਰ ਹੈਗੀ ਹੈ 25-20 ਦੇ ਵਿੱਚ ਆਈਡੈਂਟੀ ਦਾ ਇਸ਼ੂ ਹੈਗਾ ਸਿੱਖਾਂ ਨੂੰ ਹਜੇ ਵੀ ਵੱਖਰੀ ਆਈਡੈਂਟੀ ਦੀ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਹੈਗਾ ਉਹ ਮੈਂਸ਼ਨ ਨਹੀਂ ਕੀਤਾ ਜਾਂਦਾ ਉਹ ਸਵਾਲ ਜਿਹੜਾ ਹੈਗਾ ਲਗਾਤਾਰ ਉੱਠਦਾ ਹੈ ਉਹ ਸੋਲਵ ਹੋ ਜਾਏਗਾ ਨਹੀਂ ਦੇਖੋ ਇਹ ਚੀਜ਼ਾਂ ਹੁੰਦੀਆਂ ਨੇ ਜੇਕਰ ਇੱਦਾਂ ਦਾ ਕੋਈ ਵੀ ਸਲੂਸ਼ਨ ਹੋ ਗਿਆ ਜਿੰਨੀ ਦੇਰ ਤੁਸੀਂ ਉਹਦੇ ਨਾਲ ਡਾਇਲੋਗ ਨਹੀਂ ਕਰਦੇ ਹੈਗੇ ਜਿਹੜੀ ਉੱਥੇ ਲੋਕਲ ਲੀਡਰਸ਼ਿਪ ਹੈਗੀ ਹੈ ਮੇਰੀ ਔਕਾਤ ਕੀ ਹੈਗੀ ਹੈ ਮੈਂ ਤਾਂ ਇੱਕ ਬੰਦਾ ਹੈਗਾ ਨਾ ਹੁਣ ਇੱਥੇ ਜਿਹੜੀ ਇੱਥੇ ਇੰਨੀ ਵੱਡੀ ਲੀਡਰਸ਼ਿਪ ਬੈਠੀ ਹੈਗੀ ਹੈ ਇਹਨਾਂ ਦੀ ਦੇਖੋ ਕਾਹਦੀ ਲੀਡਰਸ਼ਿਪ ਜਿਹੜੀ ਹੈਗੀ ਹੈ 10 ਸਾਲ ਇਹਨੇ ਪੰਜਾਬ 'ਚ ਰਾਜ ਕਰਿਆ ਹੈਗਾ ਮੈਂ ਬਹੁਤ ਸਿੰਪਲ ਜੇ ਸ਼ਬਦਾਂ ਵਿੱਚ ਜੇ ਕਹਾਂ ਇੱਕ ਡਾਇਲੋਗ ਹੁੰਦਾ ਸੀਗਾ ਮਿੱਤਰਾਂ ਦਾ ਨਾਂ ਚੱਲਦਾ ਨਹੀਂ ਨਹੀਂ ਗਲਤ ਫਹਿਮੀ ਹੈ ਸ਼ਾਇਦ ਉਸ ਤੋਂ ਘੱਟ ਨਹੀਂ ਹੈਗੀ ਜੇ ਮੈਂ ਕਹਿੰਦਾ ਵੀ ਉਸ ਤੋਂ ਵੱਧ ਨਹੀਂ ਹੈਗੀ ਤਾਂ ਉਸ ਤੋਂ ਘੱਟ ਵੀ ਨਹੀਂ ਹੈਗੀ ਨਹੀਂ ਦੇਖੋ ਪਰਮਾਤਮਾ ਦੀ ਕਿਰਪਾ ਪੂਰੇ ਇੱਕ ਸਾਲ ਦੇ ਵਿੱਚ ਜਿਹੜਾ ਹੈਗਾ ਉਹ ਦੇਖਣ ਨੂੰ ਮਿਲਿਆ ਨਹੀਂ ਦੇਖੋ ਉਹ ਪਰਮਾਤਮਾ ਦੀ ਕਿਰਪਾ ਹੈਗੀ ਹੈ ਉਹ ਤੁਹਾਡੇ ਵਰਗੇ ਲੋਕਾਂ ਦਾ ਵੱਡਾਪਣ ਹੁੰਦਾ ਹੈਗਾ ਔਰ ਜੇਕਰ ਨਾ ਚੱਲਦਾ ਹੈਗਾ ਇੱਕ ਚੀਜ਼ ਹੈਗੀ ਹੈ ਅੱਜ ਤੱਕ ਮੈਂ ਕਿਸੇ ਬੰਦੇ ਨੂੰ ਨਜਾਇਜ਼ ਨਹੀਂ ਕਰੀ ਹੈਗੀ ਪਾਵਰ ਮਿਸਯੂਜ਼ ਨਹੀਂ ਕਰੀ ਹੈਗੀ ਔਰ ਪਰਮਾਤਮਾ ਦੀ ਕਿਰਪਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਤੁਸੀਂ ਦੇਖੀ ਹੈਗੀ ਹੈ ਪਰ ਮੈਂ ਅੱਜ ਤੱਕ ਕਿਸੇ ਵੀ ਬੰਦੇ ਨਾਲ ਕਿਸੇ ਪਰਿਵਾਰ ਦੇ ਨਾਲ ਵੀ ਮੇਰੀ ਉੱਥੇ ਹੈਗੀ ਹੈ ਪਰਸਨਲੀ ਤੌਰ 'ਤੇ ਕਿਸੇ ਨਾਲ ਨਜਾਇਜ਼ ਨਹੀਂ ਕਰੀ ਔਰ ਮੇਰੇ ਨਾਲ ਬਹੁਤ ਨਜਾਇਜ਼ ਹੋਈਆਂ ਨੇ ਮੇਰੇ ਨਾਲ ਇੰਨੀਆਂ ਕੁ ਨਜਾਇਜ਼ ਹੋਈਆਂ ਨੇ ਮੈਨੂੰ ਕੌਂਸਲੇਟ ਦੇ ਸਾਹਮਣੇ ਖੜ ਕੇ ਇਹਨਾਂ ਨੇ ਖਾਲਿਸਤਾਨੀਆਂ ਨੇ 2020 ਨੇ ਜਦੋਂ ਪਹਿਲੀ ਵਾਰੀ ਗਾਲਾਂ ਕੱਢੀਆਂ ਨੇ ਉਸ ਤੋਂ ਬਾਅਦ ਮੈਂ ਝੰਡਾ ਚੁੱਕਿਆ ਹੈਗਾ ਸੀ ਵੀ ਠੀਕ ਹੈ ਮੈਂ 20 ਸਾਲ ਨਹੀਂ ਬੋਲਿਆ ਹੈਗਾ ਅਸੀਂ ਉੱਥੇ ਰਹਿੰਦੇ ਹੈਗੇ ਸੀਗੇ ਹੁਣ ਜਦੋਂ ਤੁਹਾਡਾ ਬੰਦਾ ਇੱਕ ਲਿਮਿਟ ਕਰੋਸ ਕਰ ਜਾਂਦਾ ਹੈਗਾ ਨਾ ਫਿਰ ਤੁਹਾਨੂੰ ਫਿਰ ਮਿੱਤਰਾਂ ਦਾ ਜਿਹੜਾ ਨਾਂ ਚੱਲਦਾ ਹੁੰਦਾ ਨਾ ਫਿਰ ਦੱਸਣਾ ਪੈਂਦਾ ਫਿਰ ਉਹ ਕਹਿੰਦੇ ਨੇ ਵੀ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਸੁਖੀ ਚਹਿਲ ਦੇ ਨਾਲ ਅਸੀਂ ਕਿਸਾਨ ਅੰਦੋਲਨ ਦੇ ਬਾਰੇ ਗੱਲ ਕੀਤੀ ਪਰ ਸੁਖੀ ਚਹਿਲ ਨੂੰ ਹੋਰ ਵੀ ਚੀਜ਼ਾਂ ਪੁੱਛਣੀਆਂ ਨੇ ਜੀ ਪੰਜਾਬੀ ਨੂੰ ਲੈ ਕੇ ਤੁਸੀਂ ਕੁਛ ਉਪਰਾਲਾ ਇਸ ਟਾਈਮ ਕਰ ਰਹੇ ਹੋ ਹਾਂਜੀ ਹਾਂ ਹਾਂ ਉਹ ਇੱਕ ਬਹੁਤ ਵੱਡਾ ਉਪਰਾਲਾ ਹੈਗਾ ਉਹਦੇ ਵਿੱਚ ਤੁਸੀਂ ਦੇਖੋ ਸਿਲੀਕਨ ਆਂਧਰਾ ਨਾਂ ਦੀ ਇੱਕ ਯੂਨੀਵਰਸਿਟੀ ਹੈਗੀ ਹੈ ਸਿਟੀ ਆਫ ਮਲਪੀਟਸ ਦੇ ਵਿੱਚ ਉਹਨਾਂ ਦਾ ਹੈਡਕੁਆਟਰ ਹੈਗਾ ਹਾਈਵੇ 880 ਦੇ ਉੱਤੇ ਹਾਈਵੇ 880 ਔਰ ਡਿਕਸਨ ਲੈਂਡਿੰਗ ਦੇ ਉੱਤੇ ਜੇਕਰ ਕਿਸੇ ਨੂੰ ਨਹੀਂ ਪਤਾ ਹੈਗਾ ਤਾਂ ਦੇਖ ਲਿਓ ਹੈਗੇ ਉਹ ਲੋਕਾਂ ਨੇ ਕਿਹਨੇ ਸਥਾਪਿਤ ਕਰੀ ਹੈਗੀ ਹੈ ਸਾਊਥ ਦੇ ਲੋਕਾਂ ਨੇ ਸਾਊਥ ਦੇ ਕੌਣ ਹੈਗੇ ਨੇ ਉਹ ਹਿੰਦੂ ਵਿਚਾਰਧਾਰਾ ਦੇ ਨਾਲ ਸੰਬੰਧ ਰੱਖਦੇ ਹੈਗੇ ਨੇ ਇਹ ਨਹੀਂ ਕਹਿ ਸਕਦਾ ਵੀ ਕੋਈ ਆਰ ਐੱਸ ਐੱਸ ਦੇ ਬੰਦੇ ਨੇ ਜਾਂ ਉਹ ਜਿਹੜੇ ਸਾਊਥ ਦੇ ਬੰਦੇ ਹੈਗੇ ਨੇ ਉਹ 1980 ਦੇ ਤੋਂ ਉਹਨਾਂ ਦੀ ਮਾਈਗ੍ਰੇਸ਼ਨ ਸ਼ੁਰੂ ਹੋਈ ਹੈਗੀ ਹੈ ਉਹ ਲੋਕਾਂ ਨੇ ਆਪਣਾ ਜਿਹੜਾ ਕਲਚਰ ਇੰਨੀ ਅੱਛੀ ਤਰ੍ਹਾਂ ਪ੍ਰਜਰਵ ਕਰ ਰਹੇ ਹੈਗੇ ਨੇ ਆਪਣੀ ਕਲਚਰ ਆਪਣਾ ਲੈਂਗੁਏਜ ਆਪਣੀ ਡਾਂਸ ਆਪਣਾ ਮਿਊਜ਼ਿਕ ਉਹ ਯੂਨੀਵਰਸਿਟੀ ਦੇ ਵਿੱਚ ਉਹ ਸਿਖਾਉਂਦੇ ਹੈਗੇ
ਨਤੇਜ ਸਰਨਾ ਹੋਰਾਂ ਨੇ ਮੈਨੂੰ ਇੱਕ ਸਲਾਹ ਦਿੱਤੀ ਸੀ ਵੀ ਚਹਿਲ ਸਾਹਿਬ ਤੁਸੀਂ ਕੁਛ ਨਾ ਕੁਛ ਕਰੋ ਪੰਜਾਬੀ ਦੇ ਲਈ ਵੀ ਤੁਹਾਡਾ ਹੱਥ ਪੈਂਦਾ ਹੈਗਾ ਉਹ ਹੀ ਵਾਜ ਅੰਬੈਸਡਰ ਹੈਗੇ ਸੀਗੇ ਉਸ ਤੋਂ ਬਾਅਦ ਇਸ ਯੂਨੀਵਰਸਿਟੀ ਨੇ ਮੈਨੂੰ ਐਡਵਾਈਜ਼ਰੀ ਬੋਰਡ ਦਾ ਮੈਂਬਰ ਬਣਾਇਆ ਹੈਗਾ ਅੱਜ ਵੀ ਮੈਂ ਇਸ ਯੂਨੀਵਰਸਿਟੀ ਆਫ ਸਿਲੀਕਨ ਆਂਧਰਾ ਦਾ ਐਡਵਾਈਜ਼ਰੀ ਮੈਂਬਰ ਹਾਂ ਸਭ ਤੋਂ ਘੱਟ ਮੇਰੀ ਐਜੂਕੇਸ਼ਨ ਕੁਆਲੀਫਿਕੇਸ਼ਨ ਹੈਗੀ ਉਸ ਗਰੁੱਪ ਦੇ ਵਿੱਚ ਉਹਨਾਂ ਦੇ ਵਿੱਚ 30 ਬੰਦੇ ਪੀ ਐੱਚ ਡੀ ਹੈਗੇ ਨੇ ਉਹਦੇ ਵਿੱਚ ਹਾਰਵਰਡ ਦੇ ਪ੍ਰੋਫੈਸਰ ਹੈਗੇ ਨੇ ਸਟੈਨਫਰਡ ਦੇ ਹੈਗੇ ਨੇ ਯੂ ਨੇਮ ਇਟ ਔਰ ਉਹ ਬੰਦੇ ਹੈਗੇ ਨੇ ਜਿਨ੍ਹਾਂ ਦੇ ਕਨੈਕਸ਼ਨ ਜਿਹੜੇ CEO ਗੂਗਲ ਦਾ ਹੈਗੇ ਨੇ ਉਹਨਾਂ ਨਾਲ ਵੀ ਹੈਗੇ ਨੇ ਮਾਈਕਰੋਸੋਫਟ ਦਾ CEO ਵੀ ਉਹਨਾਂ ਦਾ ਹੈਗਾ ਜਿਹੜਾ ਹੁਣ ਆਪਣਾ ਟਵਿੱਟਰ ਦੇ ਗੂਗਲ ਵੀ ਹੈਗੇ ਨੇ IBM ਦੇ ਗੂਗਲ ਹੈਗੇ ਨੇ ਅਡੋਬੀ ਦੇ ਗੂਗਲ ਹੈਗੇ ਨੇ ਯੂ ਨੇਮ ਇਟ ਉਹ ਲੋਕਾਂ ਨੇ ਰਿਟਾਇਰ ਹੋ ਕੇ ਮਿਹਨਤ ਕਰਕੇ ਇੱਕ ਆਪਣੀ ਯੂਨੀਵਰਸਿਟੀ ਪਹਿਲੀ ਵਾਰੀ ਨੌਰਥ ਅਮੈਰੀਕਾ ਦੇ ਵਿੱਚ ਪੰਜਾਬੀ ਜਿਹੜੀ ਅਮੈਰੀਕਾ ਦੇ ਵਿੱਚ ਇੱਕ ਯੂਨੀਵਰਸਿਟੀ ਜਿਹੜੀ ਇੰਡੀਅਨ ਯੂਨੀਵਰਸਿਟੀ ਸਥਾਪਿਤ ਹੋ ਰਹੀ ਹੈਗੀ ਹੈ ਉਹਨਾਂ ਨੇ ਪੂਰੀ ਸਾਰੀ ਉਹਨਾਂ ਦੀ ਜੋ ਪ੍ਰੋਸੈਸ ਹੈਗਾ ਸੀਗਾ ਲੀਗਲੀ ਅਪਰੂਵਲ ਲੈ ਲਿਆ ਹੈਗਾ ਉਹਦੇ ਵਿੱਚ ਜਦੋਂ ਮੇਰੀ ਪਹਿਲੀ ਮੀਟਿੰਗ ਹੁੰਦੀ ਸੀ ਮੈਂ ਕੋਗਨੀਸ਼ਨ ਰੱਖੀ ਸੀ ਆਈ ਕੈਨ ਕਮ ਤੁਹਾਡੀ ਇਹਦੇ ਵਿੱਚ ਮੈਂ ਜ਼ਰੂਰ ਆਵਾਂਗਾ ਜੁਆਇਨ ਕਰਾਂਗਾ ਪਰ ਇੱਕ ਕੰਡੀਸ਼ਨ ਹੈ ਇਹਦੇ ਵਿੱਚ ਜੇ ਤੁਸੀਂ ਆਪਣੀ ਲੈਂਗੁਏਜ ਨੂੰ ਪ੍ਰਮੋਟ ਕਰ ਸਕਦੇ ਹੋ ਤੁਸੀਂ ਪੰਜਾਬੀ ਨੂੰ ਕਿਉਂ ਨਹੀਂ ਕਰਦੇ ਉਹ ਕਹਿੰਦੇ ਜੀ ਅਸੀਂ ਤਾਂ ਕਦੇ ਨੌਰਥ ਉੱਥੇ ਦਿੱਲੀ ਵੀ ਨਹੀਂ ਗਏ ਹੈਗੇ ਵੀ ਸਾਡਾ ਤਾਂ ਕੋਈ ਕਨੈਕਸ਼ਨ ਨਹੀਂ ਹੈਗਾ ਮੈਂ ਮਹਾਂ ਜੀ ਸੁੱਖੀ ਚਹਿਲ ਹੈਗਾ ਕਨੈਕਸ਼ਨ ਉਸ ਤੋਂ ਬਾਅਦ ਫਿਰ ਇਮੀਡੀਏਟਲੀ ਮੈਂ ਇੱਥੇ ਖੈਰ ਸੀ ਪੰਜਾਬ ਯੂਨੀਵਰਸਿਟੀ ਦੇ VC ਨਾਲ ਗੱਲ ਕਰੀ ਹੈਗੀ ਪੰਜਾਬੀ ਯੂਨੀਵਰਸਿਟੀ ਦੇ ਕੁਛ ਲੋਕਾਂ ਨਾਲ ਗੱਲ ਕਰੀ ਉਸ ਸਮੇਂ 'ਤੇ VC ਨਹੀਂ ਹੈਗੇ ਸੀ ਪਰਮਾਨੈਂਟ ਅਤੇ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਿਸਟਰ ਸੰਧੂ ਹੈਗੇ ਨੇ ਵਾਈਸ ਚਾਂਸਲਰ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਮੈਂ ਮੁਲਾਕਾਤ ਕਰਕੇ ਨਵੰਬਰ ਦੇ ਵਿੱਚ ਗਿਆ ਹੈਗਾ ਫਿਰ ਮੈਂ ਮਾਰਚ ਦੇ ਵਿੱਚ ਆਇਆ ਹੈਗਾ ਸੀਗਾ ਇਸ ਯੂਨੀਵਰਸਿਟੀ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਅਸੀਂ ਐਫੀਲੀਏਸ਼ਨ ਕਰਵਾ ਰਹੇ ਹੈਗੇ ਹਾਂ ਜਿਹੜਾ ਕਿ ਬਹੁਤ ਵੱਡਾ ਪ੍ਰੋਜੈਕਟ ਹੈਗਾ ਉਹਦੇ ਵਿੱਚ ਕੀ ਕਰਨਾ ਕੀ ਹੈਗੇ ਅਸੀਂ ਪੰਜਾਬੀ ਪ੍ਰਮੋਟ ਕਰਨੀ ਹੈਗੀ ਹੈ ਇੱਕ ਗੁਰਮਿਤ ਸੰਗੀਤ ਪ੍ਰਮੋਟ ਕਰਨਾ ਹੈਗਾ ਉਹਦੇ ਵਿੱਚੋਂ ਪੰਜਾਬੀ ਦੀ ਪ੍ਰਮੋਸ਼ਨ ਔਰ ਗੁਰਮਿਤ ਸੰਗੀਤ ਦੀ ਪ੍ਰਮੋਸ਼ਨ ਬਿਲਕੁਲ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਦੇ ਵਿੱਚ ਪੜ੍ਹਾਉਂਦੀ ਹੈਗੀ ਹੈ ਕਰਦੀ ਹੈਗੀ ਹੈ ਉਹ ਹੋਣਾ ਚਾਹੀਦਾ ਕੱਲ੍ਹ ਨੂੰ ਕਿਤੇ ਨਾ ਹੋਵੇ ਸੁੱਖੀ ਚਹਿਲ ਅੱਗੇ ਹੈਗਾ ਸੀ RSS ਨੇ ਕੁਛ ਕਰਵਾ ਦਿੱਤਾ ਹੈਗਾ ਔਰ ਮੈਂ ਇਸ ਚੀਜ਼ ਤੋਂ ਰੱਬ ਤੋਂ ਡਰਦਾ ਹੈਗਾ ਔਰ ਉਹ ਚੀਜ਼ ਜਦੋਂ ਇੰਪਲੀਮੈਂਟ ਹੋ ਗਈ ਹੈਗੀ ਉਹਦੇ ਦੇਖੋ ਚਾਰ ਬੰਦੇ ਹੁਣ ਅਸੀਂ ਸਾਡੇ ਇੱਥੇ ਡੈਲੀਗੇਸ਼ਨ ਆਏ ਅਮੈਰੀਕਾ ਤੋਂ ਆਏ ਹੈਗੇ ਹਾਂ ਅਸੀਂ ਸਾਡਾ ਹੈਗਾ ਸੀ 7 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਸਾਡੀ ਉਹਨਾਂ ਨਾਲ ਮੀਟਿੰਗ ਹੋਈ ਹੈ ਸਾਰਾ ਕੁਛ ਜਿੰਨਾ ਪੇਪਰ ਵਰਕ ਹੋ ਗਿਆ ਆਲਮੋਸਟ MOU ਸਾਈਨ ਹੋਣਾ ਹੈਗਾ ਕੁਛ ਜਿਹੜੀ ਲੀਗਲ ਰਿਕੁਆਇਰਮੈਂਟ ਹੋਣੀ ਕਿਉਂਕਿ ਬੜਾ ਕੰਪਲੈਕਸ ਹੁੰਦਾ ਹੈਗਾ ਔਰ ਉਹਦੇ ਨਾਲ ਵੀ ਇੱਕ ਸਾਂਝੀ ਡਿਗਰੀ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਹੋਣਾ ਚਾਹੀਦਾ ਇਹ ਪ੍ਰੋਗਰਾਮ ਕਰ ਰਹੇ ਹੈਗੇ ਔਰ ਇਹਦੇ ਨਾਲ ਹੀ ਸੰਧੂ ਫੈਮਿਲੀ ਹੈਗੀ ਹੈ ਜੀ ਟਰੇਸੀ ਦੇ ਵਿੱਚ ਸਿਟੀ ਆਫ ਟਰੇਸੀ ਉਹਨਾਂ ਨੇ 63 ਏਕੜ ਜਿਹੜੀ ਜ਼ਮੀਨ ਹੈਗੀ ਹੈ ਇਸ ਯੂਨੀਵਰਸਿਟੀ ਨੂੰ ਡੋਨੇਟ ਕਰੀ ਹੈਗੀ ਹੈ ਉਸ ਜ਼ਮੀਨ ਦੀ ਕੀਮਤ ਹੈਗੀ ਹੈ ਅੱਜ ਦੇ ਦਿਨ ਦੇ ਵਿੱਚ $23 million ਹੁਣ ਤੁਸੀਂ ਦੇਖੋ $23 million ਦੀ ਡੋਨੇਸ਼ਨ ਸਿੱਖ ਫੈਮਿਲੀ ਇੱਕ ਉਹਨਾਂ ਲੋਕਾਂ ਨੂੰ ਦੇ ਰਹੀ ਹੈ ਜਿਹੜੇ ਕਿ ਸਾਊਥ ਦੇ ਰਹਿਣ ਵਾਲੇ ਹੈਗੇ ਨੇ ਹੁਣ ਇਸ ਤੋਂ ਵੱਡਾ ਭਾਈਚਾਰੇ ਦਾ ਕੀ ਪੈਗਾਮ ਕੀ ਹੋ ਸਕਦਾ ਹੈਗਾ ਨੰਬਰ 2 ਉਹਦੇ ਵਿੱਚ ਪੰਜਾਬੀ ਦੀ ਪ੍ਰਮੋਸ਼ਨ ਹੋਏਗੀ ਪੰਜਾਬੀ ਸਾਡੇ ਜਿਹੜੇ ਬੱਚੇ ਪੜ੍ਹਦੇ ਹੈਗੇ ਨੇ ਕੋਈ 10ਵੀਂ ਤੋਂ ਬਾਅਦ ਜਿਹੜਾ ਹੁੰਦਾ ਹੈਗਾ ਕਾਲਜ ਦੇ ਜਾਂਦੇ ਹੈਗੇ ਨੇ ਯੂਨੀਵਰਸਿਟੀ ਜਾਣ ਤੋਂ ਪਹਿਲਾਂ ਉਹਨਾਂ ਨੂੰ ਕੋਈ ਜਾਂ ਕੋਈ ਸਪੈਨਿਸ਼ ਲੈਂਗੁਏਜ ਸਿੱਖਦੇ ਹੈਗੇ ਨੇ ਜਾਂ ਜਰਮਨ ਜਿਹੜੀ ਨੌਨ ਇੰਗਲਿਸ਼ ਸਿੱਖਣੀ ਪੈਂਦੀ ਹੈਗੀ ਹੈ ਉਹਦੇ ਵਿੱਚ ਕਿਉਂ ਨਾ ਉਹ ਪੰਜਾਬੀ ਸਿੱਖਣ ਉਸ ਚੀਜ਼ ਦਾ ਜਿਹੜਾ ਹੈਗਾ ਉਹਦੇ ਕ੍ਰੈਡਿਟ ਲੈ ਕੇ ਤੁਸੀਂ ਕਿਸੇ ਵੀ ਯੂਨੀਵਰਸਿਟੀ ਜਾਂਦੇ ਹੈਗੇ ਹੋ ਤੁਹਾਨੂੰ ਉਸ ਚੀਜ਼ ਦਾ ਐਡਵਾਂਟੇਜ ਹੋਏਗਾ ਔਰ ਤੁਸੀਂ ਪੰਜਾਬੀ ਸਿੱਖੋਗੇ ਇਸ ਤਰ੍ਹਾਂ ਦੀਆਂ ਕੁਐਸਚਨ ਜਦੋਂ ਹੋਣਗੀਆਂ ਇੱਕ ਸਵਾਲ ਜਿਹੜਾ ਅਕਸਰ ਉੱਠਦਾ ਕਿ ਜਿਹੜੇ ਆਪਣੇ ਇੱਥੋਂ ਮੁੰਡੇ ਜਾਂਦੇ ਨੇ ਉੱਥੇ ਜਾ ਕੇ ਐਕਸਪਲੋਇਟੇਸ਼ਨ ਬਹੁਤ ਹੈਗੀ ਸਟੂਡੈਂਟ ਦੀ ਉਸ ਨੂੰ ਸੋਚਦੇ ਹੋ ਕਿਤੇ ਨਾ ਕਿਤੇ ਕੰਟਰੋਲ ਕੀਤਾ ਜਾਏਗਾ ਸਰ ਜੀ ਦੁੱਖ ਦੀ ਗੱਲ ਇਹ ਹੈਗੀ ਹੈ ਅਸੀਂ ਫੜਾਂ ਬਹੁਤ ਵੱਡੀਆਂ ਮਾਰ ਦਿੰਦੇ ਹਾਂ ਇਕੱਲੇ ਮੁੰਡਿਆਂ ਦੀ ਨਹੀਂ ਐਕਸਪਲੋਇਟੇਸ਼ਨ ਹੁੰਦੀ ਸਾਡੀ ਕੁੜੀਆਂ ਦੀ ਐਕਸਪਲੋਇਟੇਸ਼ਨ ਦੋਵਾਂ ਨੂੰ ਅਸੀਂ ਕਾਊਂਟ ਕਰੇ ਚਲੀਏ ਸਟੂਡੈਂਟਸ ਦੀ ਐਕਸਪਲੋਇਟੇਸ਼ਨ ਦੀ ਮੈਂ ਗੱਲ ਕਰਾਂ ਨਹੀਂ ਸਟੂਡੈਂਟ ਦੀ ਹੁੰਦੀ ਹੈਗੀ ਹੈ ਜਿਹੜਾ ਵੀ ਮਾਈਗ੍ਰੇਟ ਜਾਂਦਾ ਹੈਗਾ ਜੇ ਤੁਸੀਂ ਦੇਖੋ ਇਹ ਤਰਾਸ਼ ਦੀ ਗੱਲ ਹੈਗੀ ਹੈ ਔਰ ਆਪਣਿਆਂ ਨੂੰ ਭੰਡਣਾ ਨਹੀਂ ਚਾਹੀਦਾ ਹੈਗਾ ਪਰ ਜਿਹੜੀ ਰਿਐਲਿਟੀ ਹੈਗੀ ਹੈ ਉਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਹੈਗੇ ਟੋਰੋਂਟੋ ਦੇ ਚੱਜ ਜਾ ਕੇ ਦੇਖ ਲਓ ਸਟੂਡੈਂਟ ਹੋ ਸਕਦਾ ਉਹ ਵੀ ਬੱਚੇ ਹੈਗੇ ਨੇ ਯੰਗ ਬੱਚੇ ਹੈਗੇ ਨੇ ਬੱਚਾ 20 ਵਾਰੀ ਗਲਤੀ ਕਰਦਾ ਹੈਗਾ ਉਹਨਾਂ ਦੀ ਜੋ ਸ਼ੋਸ਼ਣ ਕੁਛ ਲੋਕ ਕਰ ਰਹੇ ਹੈਗੇ ਨੇ ਉਹ ਪਰਮਾਤਮਾ ਤੋਂ ਡਰ ਕੇ ਕਹਿੰਦੇ ਹੈਗੇ ਵੀ ਉਹ ਨਹੀਂ ਹੋਣਾ ਚਾਹੀਦਾ ਔਰ ਆਪਣੀ ਬੱਚੀਆਂ ਦਾ ਵੀ ਸ਼ੋਸ਼ਣ ਹੋ ਰਿਹਾ ਹੈਗਾ ਔਰ ਆਪਣੇ ਬੱਚਿਆਂ ਦਾ ਵੀ ਹੋ ਰਿਹਾ ਹੈਗਾ ਔਰ ਕੋਈ ਬੰਦਾ ਇੱਥੇ ਇਲੀਗਲ ਅਮੈਰੀਕਾ ਕੈਨੇਡਾ ਦੇ ਵਿੱਚ ਜਾਂਦਾ ਹੈਗਾ ਈਵਨ ਕਿ ਆਪਣੇ ਲੋਕ ਉਹਨਾਂ ਦੀ ਕੀ ਐਕਸਪਲੋਇਟੇਸ਼ਨ ਕਰਦੇ ਹੈਗੇ ਨੇ ਬਾਹਰ ਗੋਰੇ ਨੂੰ ਚਾਹੇ $15 ਦੇਣ ਉਹਨੂੰ ਕਹਿੰਦੇ ਨੇ ਜੀ ਇਹਨੂੰ ਆਪਾਂ $7 ਹੀ ਦੇ ਰੱਖ ਲਈਏ ਨਾ ਤਾਂ ਠੀਕ ਰਹੇਗਾ ਉਹ ਤੋਂ ਘੰਟੇ ਵੀ ਤੁਸੀਂ 8 ਦੀ ਬਜਾਏ ਤੁਸੀਂ 12 ਲਵਾ ਲਓ ਹੈਗੋ ਜਦੋਂ ਬੰਦਾ ਪੈਸੇ ਮੰਗਦਾ ਹੈਗਾ ਤਾਂ ਫਿਰ ਝੁੱਗਾ ਚੱਕਦੇ ਹੈਗੇ ਹਾਂ ਮਤਲਬ ਆਪਾਂ ਨੂੰ ਬਜਾਏ ਕਿ ਕਿਸੇ ਜੂਇਸ਼ ਬੰਦੇ ਹੁੰਦੇ ਹੈਗੇ ਨੇ ਜਾਂ ਹੋਰ ਲੋਕ ਹੈਗੇ ਨੇ ਉਹ ਇੱਕ ਦੂਜੇ ਦੀ ਸਪੋਰਟ ਕਰਦੇ ਹੈਗੇ ਨੇ ਆਪਾਂ ਅਨਫੋਰਚੁਨੇਟਲੀ ਇੱਕ ਦੂਜੇ ਦੀਆਂ ਐਕਸਪਲਾਇਟ ਕਰਨ ਦੀਆਂ ਜਿਹੜੀਆਂ ਹਮੇਸ਼ਾ ਉਹ ਕੁਸ਼ਚਨ ਪੜ੍ਹਦੇ ਹੈਗੇ
ਔਰ ਜਦੋਂ ਸਾਡੇ ਪੈਰ ਲੱਗੇ ਹੁੰਦੇ ਨੇ ਸਾਨੂੰ ਲੱਗਦਾ ਹੁੰਦਾ ਹੈ, ਪਰ ਅਸੀਂ ਹਮੇਸ਼ਾ ਉਦੋਂ ਭੁੱਲ ਜਾਂਦੇ, ਇਨਸਾਨੀਅਤ ਨੂੰ ਭੁੱਲਦੇ ਹੈਗੇ ਹਾਂ। ਉਸ ਸਮੇਂ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਫਿਲੋਸਫੀ ਹੈਗੀ ਹੈ ਜਾਂ ਸਿੱਖ ਜਿਮ ਦੀ ਫਿਲੋਸਫੀ ਹੈਗੀ ਹੈ, ਸਿੱਖੀ ਦੀ ਫਿਲੋਸਫੀ ਹੈਗੀ ਹੈ, ਉਹ ਤੋਂ ਸਾਨੂੰ ਲੱਗਦਾ ਵੀ ਅਸੀਂ ਕੋਹਾਂ ਦੂਰ ਹਾਂ। ਅਸੀਂ ਤਾਂ ਉਹ ਲੋਕ ਹੈਗੇ ਹਾਂ ਵੀ ਜਿਹੜਾ ਕੋਈ ਮਰਜ਼ੀ ਆਵੇ, ਠੀਕ ਹੈ, ਹਰ ਇੱਕ ਨੂੰ ਨਾਮ ਜਪੋ, ਵੰਡ ਛਕੋ, ਕਿਰਤ ਸਕੋ, ਕਿਰਤ ਕਰੋ। ਪਰ ਜਦੋਂ ਸਾਡੇ ਆਪਣਿਆਂ ਦੀ ਗੱਲ ਆਉਂਦੀ ਹੈਗੀ ਹੈ, ਉਸੇ ਦੇਖਦੇ ਹੈਗੇ ਹਾਂ, ਅਤੇ ਸਾਡੀ 100 ਸਾਲ ਦੇ ਵਿੱਚ ਤੁਸੀਂ ਦੇਖੋ, 100 ਸਾਲ ਦੇ ਵਿੱਚ ਸਾਡੀ ਕੀ ਕਮਾਈ ਹੈਗੀ ਹੈ। ਇਹ ਕਦੇ ਸਿੱਖ ਕੌਮ ਨੂੰ ਵੀ, ਪੰਜਾਬੀਆਂ ਨੂੰ ਵੀ ਸੋਚਣੀ ਚਾਹੀਦੀ ਹੈਗੀ ਹੈ। ਅਮੈਰੀਕਾ ਦੇ ਵਿੱਚ ਗਦਰ ਮੂਵਮੈਂਟ ਦੇ ਵਿੱਚ 1900 ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖੋ ਸਾਡੀ ਕੀ ਕੰਟਰੀਬਿਊਸ਼ਨ ਹੈਗੀ ਹੈ, ਔਰ ਅਸੀਂ ਕਿਸ ਮੁਕਾਮ 'ਤੇ ਖੜ੍ਹੇ ਹੈਗੇ ਹਾਂ। ਜਿਹੜੀ ਬਾਕੀ ਜਿਹੜੀ ਨੌਨ ਪੰਜਾਬੀ ਹੈਗੀ ਹੈ, ਕਮਿਊਨਿਟੀ ਗਈ ਹੈਗੀ ਸੀ, ਸਾਊਥ ਵੱਲੋਂ ਸਪੈਸ਼ਲੀ ਗਈ ਹੈਗੀ ਸੀ, ਉਹ 80 'ਚ ਗਈ ਹੈਗੀ ਹੈ, ਉਹਨਾਂ ਦੀ ਕੰਟਰੀਬਿਊਸ਼ਨ ਦੇਖ ਲਓ ਅਮੈਰੀਕਨ ਇਕਾਨਮੀ ਦੇ ਵਿੱਚ, ਉਹ ਕਿੱਥੇ ਕਿੱਥੇ ਲੀਡਰਸ਼ਿਪ ਦੇ ਵਿੱਚ ਬੈਠੇ ਹੈਗੇ ਨੇ। ਬਜਾਏ ਕਿ ਅਸੀਂ ਉਹਨਾਂ ਦੇ ਨਾਲ ਵਿਗਾੜੀਏ, ਬਜਾਏ 'ਚ ਕਿ ਉਹਨਾਂ ਦੇ ਬੱਚਿਆਂ ਨੂੰ ਕਿਸੇ ਨੂੰ ਬੁੱਲੀ ਕਰੀਏ ਹੈਗੇ, ਬਜਾਏ ਕਿ ਆਪਾਂ ਉਹਨਾਂ ਨੂੰ ਤਾਨੇ ਮਾਰੀਏ ਵੀ ਇਹ ਹਿੰਦੂ ਹੁੰਦਾ ਜੀ, ਇਹ ਫਲਾਨਾ ਹੁੰਦਾ, ਦਿਸ ਇਜ਼ ਦੈਟ, ਨੋ, ਉਹ ਜ਼ਹਿਰ ਨਹੀਂ ਘੋਲਣੀ ਹੈਗੀ। ਆਹ ਜਿਹੜੇ ਕੁਛ ਬੰਦੇ ਹੈਗੇ ਨੇ ਜਿਹੜੇ ਆਪਣੀ ਦੁਕਾਨਦਾਰੀ ਦੇ ਵਾਸਤੇ ਉੱਥੇ ਲੋਕਲ ਕਮਿਊਨਿਟੀ ਦੇ ਵਿੱਚ ਜ਼ਹਿਰ ਘੋਲ ਰਹੇ ਹੈਗੇ ਨੇ ਨਾ, ਔਰ ਅਲੱਗ ਅਲੱਗ ਕਈ ਤਰ੍ਹਾਂ ਦੀ ਆੜ ਲੈ ਕੇ ਹੈਗੇ, ਦੈਟ ਇਜ਼ ਵੈਰੀ ਡੇਂਜਰਸ ਫੋਰ ਦਾ ਕਮਿਊਨਿਟੀ ਇਨ ਦਾ ਲੋਂਗ ਰਨ। ਰੁਕੇਗਾ ਦੇਖੋ, ਇਹ ਕਹਿੰਦੇ ਵੀ ਅੱਤ ਜਦੋਂ ਬੰਦਾ ਜ਼ਿਆਦਾ ਚੁੱਕ ਲੈਂਦਾ ਹੈਗਾ ਨਾ, ਉਹਦੇ ਲਈ ਫਿਰ ਜਿਹੜੀ ਸਾਇਲੈਂਟ ਕਮਿਊਨਿਟੀ ਹੁੰਦੀ ਹੈ ਉਹਨੂੰ ਉੱਠਣਾ ਪੈਂਦਾ ਹੁੰਦਾ ਹੈਗਾ। ਅਨਫੋਰਚੁਨੇਟਲੀ ਜਿਹੜੀ 99% ਜਿਹੜੀ ਪੰਜਾਬੀਆਂ ਦੀ ਕਮਿਊਨਿਟੀ ਹੈ ਸਿੱਖਾਂ ਦੇ ਵਿੱਚ, ਉਹ ਸਾਇਲੈਂਟ ਬੈਠੀ ਹੈਗੀ ਹੈ, ਉਹ ਇੰਨੀ ਸਪਰੈਸ ਹੈਗੀ ਹੈ, ਉਹ ਇੰਨੀ ਡਰਾ ਦਿੱਤੀ ਗਈ ਹੈਗੀ ਹੈ। ਉਹ ਜਿਹੜੇ 1% ਜਿਹੜੇ ਹੈਗੇ ਨੇ ਉਹਨਾਂ ਦੇ ਕੋਲ ਇੱਕ ਉਹਨਾਂ ਦੀ ਕੋਈ ਓਪੋਜੀਸ਼ਨ ਨਹੀਂ ਹੈਗੀ, ਉਹ ਜਿੱਥੇ ਮਰਜ਼ੀ ਝੰਡਾ ਗੱਡ ਕੇ ਵੀ ਹਾਂ ਇੱਥੇ ਹੁਣ ਖਾਲਿਸਤਾਨ ਬਣਾਉਣਾ, ਇੱਥੇ ਵੋਟਾਂ ਪਾਉਣੀਆਂ ਹੈਗੇ ਨੇ, ਐਂ ਹੋਣਾ ਚਾਹੀਦਾ, ਵਾਹ ਹੋਣਾ ਚਾਹੀਦਾ ਹੈਗਾ, ਵਾਇਲੈਂਸ ਦਾ ਸਹਾਰਾ ਲੈਂਦੇ ਹੈਗੇ ਨੇ, ਉਸ ਚੀਜ਼ ਦੇ ਖਾਲਿਸਤਾਨ ਦੀ ਆੜ ਦੇ ਵਿੱਚ ਉਹਨੇ ਸੱਤਿਆਨਾਸ਼ ਸਿੱਖੀ ਦਾ ਕਰ ਰਹੇ ਹੈਗੇ ਨੇ, ਉਹਦੇ ਵਿੱਚ ਜ਼ਹਿਰ ਭਰ ਰਹੇ ਹੈਗੇ ਨੇ ਲੋਕਾਂ ਦੇ ਵਿੱਚ, ਰੈਡੀਕਲਾਈਜੇਸ਼ਨ ਲੋਕਾਂ ਦੀ ਕਰ ਰਹੇ ਹੈਗੇ ਨੇ। ਉਹ ਜਿਹੜੀ ਚੀਜ਼ ਹੈਗੀ ਹੈ ਉਹ ਬਹੁਤ ਗਲਤ ਹੈਗੀ ਹੈ, ਔਰ ਉਸ ਚੀਜ਼ ਦਾ ਜਿਹੜਾ ਖਮਿਆਜਾ ਹੈਗਾ ਸਾਡੀ ਜਨਰੇਸ਼ਨ ਕਦੇ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਭਰ ਸਕਦੀ ਹੈਗੀ ਹੈ। ਇਸ ਕਰਕੇ ਜਿਹੜੀ ਸਾਇਲੈਂਟ ਮੈਜੋਰਿਟੀ ਜਿਹੜੀ ਹੈਗੀ ਹੈ, ਜਿਹੜੇ ਲੋਕ ਘਰਾਂ 'ਚ ਬੈਠੇ ਹੈਗੇ ਨੇ, ਦੇ ਨੀਡ ਟੂ ਸਪੀਕ ਅਪ, ਦੇ ਨੀਡ ਟੂ ਸਟੈਪ ਅਪ। ਜੇਕਰ ਤੁਸੀਂ ਕਿਸੇ ਹੋਰ ਨੂੰ ਕੰਡੈਮ ਕਰਦੇ ਹੈਗੇ ਨਾ, ਜਿਹੜਾ ਸੁੱਖੀ ਚਹਿਲ ਵੀ ਕੋਈ ਗਲਤ ਗੱਲ ਕਰੂਗਾ ਨਾ, ਕੱਲ੍ਹ ਨੂੰ ਜਾ ਕੇ ਕਿਸੇ ਗੁਰਦੁਆਰੇ 'ਚ ਕਬਜ਼ਾ ਕਰਕੇ ਉਹ ਕਹੂਗਾ ਵੀ ਗੁਰਦੁਆਰੇ ਦੀ ਗੋਲਕ ਦੇ ਉੱਤੇ ਸੱਪ ਵੜ ਕੇ ਬੈਠ ਗਿਆ ਹੈਗਾ, ਉਦੋਂ ਸੁੱਖੀ ਚਹਿਲ 'ਤੇ ਵੀ ਕੁਸ਼ਚਨ ਹੋਣੇ ਚਾਹੀਦੇ ਹੈਗੇ ਨੇ। ਬਜਾਏ ਕਿ ਤੁਸੀਂ ਗੁਰਦੁਆਰੇ ਵਿੱਚ ਉੱਥੇ ਜੁੱਤੀਆਂ ਲੈ ਕੇ, ਉੱਥੋਂ ਦੀ ਪੁਲਿਸ ਆਵੇ ਹੈਗੇ, ਘੋੜੇ ਲੈ ਕੇ ਆਵੇ, ਹੈਲੀਕਾਪਟਰ ਆ ਗਏ, ਉੱਥੇ ਡਾਂਗਾਂ ਨਿਕਲਣ, ਉੱਥੇ ਤੁਹਾਡੀਆਂ ਪੱਗਾਂ ਲੈਣ, ਉੱਥੇ ਵੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਉਹ ਆਪਣੀ ਬੇਅਦਬੀ ਹੋ ਰਹੀ ਹੈ ਨਾ। ਉਸ ਚੀਜ਼ ਨੂੰ ਸਾਹਮਣ ਦੇ ਲਈ, ਟੂ ਆਂਸਰ ਯੋਰ ਕੁਸ਼ਚਨ, ਜਿਹੜੀ ਲੋਕਲ ਕਮਿਊਨਿਟੀ ਹੈਗੀ ਹੈ, ਜਿਹੜੀ ਮੋਡਰੇਟ ਕਮਿਊਨਿਟੀ ਹੈਗੀ ਹੈ, ਉਹਨਾਂ ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਪਊਗਾ, ਕਿਉਂਕਿ ਮਿਹਨਤਾਂ ਦੇ ਵਿੱਚ ਤਾਂ ਹਰ ਕੋਈ ਬੰਦਾ ਹੈਗਾ, ਆਪਣੀ ਮਿਹਨਤ ਦੇ ਵਿੱਚ ਲੱਗਿਆ ਹੋਇਆ ਹੈਗਾ, ਅਤੇ ਪਰ ਇਹ ਚੀਜ਼ਾਂ ਦੇ ਵਿੱਚ ਉੱਠ ਕੇ ਬਾਕੀ ਕਮਿਊਨਿਟੀਆਂ ਹੈਗੀਆਂ ਨੇ, ਜੂਇਸ਼ ਕਮਿਊਨਿਟੀ ਹੈਗੀ ਹੈ, ਮੈਂ ਉਹਨਾਂ ਦੀ ਹਮੇਸ਼ਾ ਐਡਮਾਇਰ ਕਰਦਾ, ਐਗਜ਼ਾਮਪਲ ਦਿੰਦਾ, ਉਹ ਆਪਣੇ ਛੋਟੇ ਛੋਟੀਆਂ ਗੱਲਾਂ ਦੇ ਵਿੱਚ ਉਹ ਕਰਕੇ ਨਾ ਭੁੱਲ ਕੇ ਡਿਸਐਗਰੀਮੈਂਟ ਹੋ ਸਕਦਾ ਹੈਗਾ, ਦੇ ਥਿੰਕ ਲੋਂਗ ਟਰਮ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਮਿਊਨਿਟੀ ਦੇ ਵਿੱਚ ਉਹ ਦੂਜਿਆਂ 'ਚੋਂ ਸਿੱਖਦੇ ਹੈਗੇ ਨੇ, ਬਜਾਏ ਕਿ ਉਹਨਾਂ ਨੂੰ ਕੰਡੈਮ ਕਰਨ ਦੇ ਹੈਗੇ, ਜਾਂ ਬਜਾਏ ਕਿ ਉਹਨਾਂ ਤੋਂ ਆਪਣਾ ਜੈਲਸ ਕਰਨ ਦੇ ਹੈਗੇ, ਉਹ ਤੋਂ ਸਿੱਖੋ। ਅਸੀਂ ਇੰਨੀ ਕੰਟਰੀਬਿਊਸ਼ਨ ਹੈਗੀ ਹੈ, ਕਿਤੇ ਨਾ ਕਿਤੇ ਇਕੱਠੇ ਹੋਣ ਦੀ ਲੋੜ ਹੈਗੀ ਹੈ, ਜਿਹੜੇ ਸਾਇਲੈਂਟ ਨੇ ਉਹਨਾਂ ਨੂੰ ਇਕੱਠਾ ਹੋਣਾ ਹੋਏਗਾ। ਸਰ ਟੈਲੈਂਟ ਕਿਉਂ ਜ਼ਰੂਰੀ ਹੈਗੀ ਹੈ? ਸਾਡੇ ਬੱਚੇ ਜਿਹੜੇ ਹੈਗੇ ਨੇ ਸਿੱਖਾਂ ਦੇ ਬੱਚੇ, ਸਾਡੀ ਆਇਡੈਂਟੀ ਦਾ ਫਾਇਦਾ ਵੀ ਹੈ, ਨੁਕਸਾਨ ਵੀ ਹੈ। ਅਸੀਂ ਕੋਹਾਂ ਦੂਹੋਂ ਨੂੰ, ਹਾਂ ਵੀ ਉਹ ਬੰਦਾ ਪੱਗ ਵਾਲਾ ਹੈਗਾ, ਦੁਮਾਲਾ ਬੰਨਿਆ ਹੋਇਆ ਹੈਗਾ, ਇਹ ਸਿੱਖ ਹੈਗਾ, ਜੇਕਰ ਇੱਦਾਂ ਦਾ ਇੱਕ ਇਮੇਜ ਬਣ ਗਿਆ ਹੈਗਾ, ਨੈਰੇਟਿਵ ਬਣ ਗਿਆ ਹੈਗਾ ਵੀ ਜਿਹੜੇ ਸਿੱਖ ਹੈਗੇ ਨੇ ਇਹ ਤਾਂ ਜੀ ਐਂਟੀ ਹਿੰਦੂ ਹੈਗੇ ਨੇ, ਇਟ ਇਜ਼ ਵੈਰੀ ਡੈਡਲੀ ਫੋਰ ਮਾਈ ਫਿਊਚਰ ਜਨਰੇਸ਼ਨ। ਸਾਡੇ ਬੱਚਿਆਂ ਲਈ ਬਹੁਤ ਮੁਸ਼ਕਿਲ ਹੈ, ਅਸੀਂ ਥੋੜ੍ਹੀ ਜਿਹੀ ਪਾਪੂਲੇਸ਼ਨ ਹੈਗੀ ਹਾਂ, ਔਰ ਅਸੀਂ ਜਿਹਨਾਂ ਲੋਕਾਂ ਦੇ ਨਾਲ, ਉਹ ਵਿਚਾਰੇ ਤੁਹਾਨੂੰ ਕੁਛ ਕਹਿ ਵੀ ਨਹੀਂ ਰਹੇ ਗੇ, ਤੁਸੀਂ ਉਹਨਾਂ ਦੇ ਗਲ ਪੈ ਰਹੇ ਹੈਗੇ ਹੋ, ਅਨਨੈਸੈਸਰੀ ਤੁਸੀਂ ਇੱਦਾਂ ਦਾ ਕੋਈ ਇੱਕ ਇਮੇਜ ਕ੍ਰੀਏਟ ਕਰ ਰਹੇ ਹੈਗੇ ਹੋ, ਇੱਕ ਨੈਰੇਟਿਵ ਕ੍ਰੀਏਟ ਕਰ ਰਹੇ ਹੈਗੇ ਹੋ ਜਿਹਦੀ ਕੋਈ ਜ਼ਰੂਰਤ ਨਹੀਂ ਹੈਗੀ। ਜੇ ਕੋਈ ਡਿਸਐਗਰੀਮੈਂਟ ਹੈਗਾ, ਤੁਹਾਡੇ ਨਾਲ ਨਜਾਇਜ਼ ਹੋਈ ਹੈ, ਧੱਕਾ ਹੋਇਆ, ਜ਼ਰੂਰ ਉਹ 'ਤੇ ਉਹ ਕਰੋ। ਮੈਂ ਕਹਿੰਦਾ 84 'ਤੇ ਗੱਲ ਹੋਣੀ ਚਾਹੀਦੀ ਹੈਗੀ ਹੈ, ਜੇ 84 ਦੀ ਕੋਈ ਮੁੱਦਾ ਉਠਾਉਂਦਾ ਹੈਗਾ, ਜਾਂ ਜੈਨੋਸਾਈਡ ਸਿੱਖਾਂ ਦਾ ਹੋਇਆ ਹੈਗਾ, ਜਿਹੜੇ ਹੋਰ ਵੀ ਲੋਕਾਂ ਨੂੰ ਜਿਹੜਾ ਇਨਸਾਫ ਨਹੀਂ ਮਿਲਿਆ ਹੈਗਾ ਉਹਨਾਂ ਨੂੰ ਮਿਲਣਾ ਚਾਹੀਦਾ ਹੈਗਾ। ਜੋ ਮੈਂ ਕਹਿੰਦਾ ਜਿਹੜੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ ਹੈਗਾ, ਸਰਕਾਰ ਨੂੰ ਉਸ ਚੀਜ਼ ਦੀ ਮਾਫ਼ੀ ਮੰਗਣੀ ਚਾਹੀਦੀ ਹੈਗੀ ਹੈ, ਡਿਸਕਲੋਜ਼ ਕਰਨਾ ਚਾਹੀਦਾ ਵੀ ਕਿਉਂ ਕੀ ਹੋਇਆ, ਜਿਹੜੀਆਂ ਫਾਈਲਾਂ ਹਲੇ ਵੀ ਸੀਕ੍ਰੇਟ ਪਈਆਂ ਹੈਗੀਆਂ ਨੇ ਉਹਦੀ ਰਿਐਲਿਟੀ ਬਾਹਰ ਆਉਣੀ ਚਾਹੀਦੀ ਹੈ। ਕਿਹੜੇ ਕਿਹੜੀ ਲੀਡਰਸ਼ਿਪ, ਚਾਹੇ ਬੀਜੇਪੀ ਦੇ ਕਿਉਂ ਨਾ ਹੋਵੇ, ਚਾਹੇ ਐਲਕੇ ਅਡਵਾਨੀ ਦਾ ਕੀ ਰੋਲ ਹੈਗਾ ਸੀਗਾ, ਉਹ ਬੁੱਕ ਦੇ ਵਿੱਚ ਲਿਖ ਰਹੇ ਹੈਗੇ ਨੇ, ਇਹ ਚੀਜ਼ਾਂ ਬਾਹਰ ਆਉਣੀ ਚਾਹੀਦੀ ਹੈਗੀਆਂ ਨੇ। ਔਰ ਜਿਹੜੇ ਜਿਹੜੇ ਬੰਦੇ ਉਹਦੇ ਵਿੱਚੋਂ ਸਾਡੇ ਲੋਕਾਂ ਦਾ, ਸਾਡੇ ਜਿਹੜੇ ਸਾਡੇ ਸਿੱਖਾਂ ਦਾ ਕੀ ਰੋਲ ਹੈਗਾ ਸੀਗਾ, ਜਿਹੜੇ ਸਿੱਖ ਕਮਿਊਨਿਟੀ ਦੇ ਵਿੱਚ ਕੁਛ ਬੰਦੇ
ਇਹ ਹਿਸਟੋਰੀਕਲ ਜਿਹੜੇ ਫੈਕਟ ਹੈਗੇ ਨੇ ਇਹਨਾਂ ਨੂੰ ਕਰੈਕਟ ਕਰਨਾ ਬਹੁਤ ਜ਼ਰੂਰੀ ਹੈਗੀ ਹੈ। ਇਹਦੇ ਕਰਕੇ ਜੇ ਹੁਣ ਨਹੀਂ ਕਰਾਂਗੇ ਹੈਗੇ ਫਿਰ ਕਦੋਂ ਕਰਾਂਗੇ ਹੈਗੇ? ਔਰ ਇਹਦੇ ਕਰਕੇ ਕਰਨ ਵਾਸਤੇ ਤੁਹਾਨੂੰ ਦੋਨੋਂ ਪਾਸੇ ਰਿਲੇਸ਼ਨ ਬਣਾਉਣੇ ਬਹੁਤ ਜ਼ਰੂਰੀ ਹੈਗੇ ਨੇ। ਤੁਸੀਂ ਦੂਸਰੇ ਪਾਸੇ ਸਟੇਟ ਨੂੰ ਤੁਸੀਂ ਅਨਸੈਸਰੀ ਦੁਸ਼ਮਣ ਨਾ ਸਮਝੋ। ਔਰ ਉਹਦੇ ਨਾਲ ਕੀ ਹੁੰਦਾ ਹੈਗਾ, ਸਾਡੀ ਪਾਪੂਲੇਸ਼ਨ ਬਹੁਤ ਘੱਟ ਹੈਗੀ ਆ ਔਰ ਸਿੱਖਾਂ ਦੀ ਹੈਗੀ ਹੈ ਦੁਨੀਆ ਭਰ ਦੇ ਵਿੱਚ ਅਸੀਂ ਸਕੈਟਰਡ ਹੈਗੇ ਹਾਂ ਔਰ ਸਿੱਖਾਂ ਦੇ ਹਰ ਇੱਕ ਜਗ੍ਹਾ 'ਤੇ ਤੁਸੀਂ ਸਿੱਖ ਪਹੁੰਚੇ ਹੋਏ ਹੈਗੇ ਨੇ। ਬਜਾਏ ਕਿ ਅਸੀਂ ਕਿਸੇ ਨਫ਼ਰਤ ਦੇ ਸ਼ਿਕਾਰ ਹੋ ਜਾਈਏ ਜਾਂ ਕਿਸੇ ਇੱਕ ਦੂਜੀ ਧਿਰ ਦੇ ਸ਼ਿਕਾਰ ਹੋ ਜਾਈਏ ਵੀ ਹਾਂ ਤੁਸੀਂ ਐਵੇਂ ਖਾਮਖਾ ਤੁਸੀਂ ਦੂਜੇ ਨਾਲ ਪੰਗਾ ਲੈ ਕੇ ਬੈਠ ਜਾਓ, ਦੈਟ ਇਜ਼ ਨੋਟ ਇਨ ਇਨ ਦ ਇੰਟਰਸਟ ਆਫ ਦ ਸਿੱਖ ਕਮਿਊਨਿਟੀ। ਉਮੀਦ ਇਹ ਕਰਦੇ ਹਾਂ ਕਿ ਤਸਵੀਰ ਜਿਹੜੀ ਹੈਗੀ ਉਹ ਛੇਤੀ ਉਸ ਤਰੀਕੇ ਬਣੇ ਜਿਹੜੀ ਸਾਰਿਆਂ ਨੂੰ ਪਸੰਦ ਆਵੇ। ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਸਦਭਾਵਨਾ ਨਜ਼ਰ ਆਵੇ। ਦੇਖੋ ਸਭ ਤੋਂ ਵੱਡੀ ਗੱਲ ਹੈਗੀ ਹੈ ਪੰਜਾਬ ਦੇ ਵਿੱਚ ਨਫ਼ਰਤ ਨੂੰ ਕੋਈ ਜਗ੍ਹਾ ਨਹੀਂ ਹੈਗੀ, ਪੰਜਾਬੀਆਂ ਦੇ ਵਿੱਚ ਨਫ਼ਰਤ ਨੂੰ ਕੋਈ ਜਗ੍ਹਾ ਨਹੀਂ ਹੈਗੀ। ਜਿੱਥੇ ਪੰਜਾਬੀ ਚਲੋ ਠੀਕ ਹੈ ਅਸੀਂ ਦੋ ਦੀ ਬਜਾਏ ਇੱਕ ਖਾ ਲਾਂਗੇ ਹੈਗੇ, ਠੀਕ ਹੈ ਵੱਡੀਆਂ ਕਾਰਾਂ ਨੇ ਛੋਟੀਆਂ ਉਹ ਕਰ ਲਾਂਗੇ ਹੈਗੇ, ਅਸੀਂ ਕਦੇ ਵੀ ਪੰਜਾਬੀਆਂ ਨੂੰ ਡੁੱਬਣਾ ਨਹੀਂ ਦੇਖ ਸਕਦੇ ਹੈਗੇ। ਉਹ ਸਾਡੇ ਆਪਣੇ ਹੈਗੇ ਨੇ, ਬਹੁਤ ਲੋਕ ਹੈਗੇ ਨੇ ਜਿਹੜੇ ਬਾਹਰੋਂ ਹੈਗੇ ਨੇ ਉਹ ਇੱਥੇ ਆ ਕੇ ਕੁਛ ਨਾ ਕੁਛ ਕਰਨਾ ਚਾਹੁੰਦੇ ਹੈਗੇ ਨੇ, ਪਰ ਜਿਹੜਾ ਸਿਸਟਮ ਹੈਗਾ ਤੁਹਾਡਾ ਸਿਸਟਮ ਹੈਗਾ ਉਹ ਵੀ ਬਹੁਤ ਕਰਪਟ ਹੋ ਚੁੱਕਿਆ ਹੈ, ਬੇਈਮਾਨ ਬਹੁਤ ਹੋ ਚੁੱਕਿਆ ਹੈ। ਪੰਜਾਬ ਦੇ ਵਿੱਚ ਵੀ ਲੋਕ ਬਹੁਤ ਬੇਈਮਾਨ ਹੋ ਚੁੱਕੇ ਹੈਗੇ ਨੇ, ਜਿਹੜੇ ਬਾਹਰੋਂ ਕੋਈ ਆਉਂਦਾ ਵੀ ਹੈਗਾ ਉਹ ਕੁਛ ਕਰਨਾ ਵੀ ਚਾਹੁੰਦਾ ਹੈਗਾ, ਉਹ ਚਾਹੁੰਦਾ ਹੈਗਾ ਵੀ ਇੱਥੋਂ ਦੇ ਕੁਛ ਲੋਕ ਜਿਹੜਾ ਸਿਸਟਮ ਹੈਗਾ ਉਹ ਕਹਿੰਦਾ ਵੀ ਇਹਨੂੰ ਲੁੱਟ ਲਓ। ਉਹ ਲੋਕਾਂ ਦਾ ਐਡਾ ਬੈਡ ਐਕਸਪੀਰੀਅੰਸ ਹੋਇਆ ਹੈਗਾ, ਲੋਕ ਦੁਬਾਰਾ ਕੋਸ਼ਿਸ਼ ਨਹੀਂ ਕਰਦੇ ਹੈਗੇ। ਉਸ ਚੀਜ਼ ਨੂੰ ਰਿਵਿਊ ਕਰਨਾ ਬਹੁਤ ਜ਼ਰੂਰੀ ਹੈਗਾ ਔਰ ਲੋਕਾਂ ਨੂੰ ਮਿਲ ਕੇ ਜਿਹੜੀ ਸਦਭਾਵਨਾ ਹੋਵੇ ਹੈਗੇ, ਆਪਸੀ ਭਾਈਚਾਰਾ ਹੈਗਾ, ਚਾਹੇ ਕੋਈ ਵੀ ਹੈ ਹਿੰਦੂ ਮੁਸਲਮਾਨ ਸਿੱਖ ਈਸਾਈ ਕੋਈ ਵੀ ਹੋਵੇ, ਉਹ ਇੱਕ ਪੀਸਫੁੱਲ, ਕਿਉਂਕਿ ਜਦੋਂ ਵੀ ਪੰਜਾਬ ਡਿਸਟਰਬ ਹੋਇਆ ਹੈਗਾ ਨੁਕਸਾਨ ਪੰਜਾਬੀਆਂ ਦਾ ਬਹੁਤ ਹੋਇਆ ਹੈ ਔਰ ਸਟੇਟ ਦੇ ਕੋਲ ਫਿਰ ਅਨਲਿਮਿਟਡ ਰਿਸੋਰਸ ਹੁੰਦੇ ਹੈਗੇ ਨੇ ਔਰ ਸਟੇਟ ਨਾਲ ਕੋਈ ਪੰਗਾ ਨਹੀਂ ਲੈ ਸਕਦਾ ਹੈਗਾ ਔਰ ਉਹਦੇ ਵਿੱਚ ਕੋਈ ਬਰੈ ਕਰਨ ਦੀ ਜ਼ਰੂਰਤ ਨਹੀਂ ਹੈਗੀ। ਬਹਾਦਰੀ ਦਿਖਾਉਣ ਦੇ ਹੋਰ ਬੜੇ ਤਰੀਕੇ ਹੁੰਦੇ ਹੈਗੇ ਨੇ, ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਸਟੇਟ ਦੇ ਨਾਲ ਪੰਗਾ ਲੈ ਕੇ ਬਹਾਦਰੀ ਦਿਖਾਓ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਸੁਖੀ ਚਾਹਲ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਅਤੇ ਦਿਲ ਖੋਲ੍ਹ ਕੇ ਤੁਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ। ਸਾਨੂੰ ਉਮੀਦ ਹੈ ਕਿ ਤੁਹਾਡਾ ਇਹ ਸੁਨੇਹਾ ਜਿਹੜਾ ਹੈਗਾ ਉਹ ਸਹੀ ਥਾਂ 'ਤੇ ਸਹੀ ਮਾਇਨੇ ਵਿੱਚ ਪਹੁੰਚੇ। ਦੇਖੋ ਆਪਾਂ ਤਾਂ ਪੰਜਾਬੀਆਂ ਦੇ ਲਈ ਪਹਿਲਾਂ ਵੀ ਲੜੇ ਹੈਗੇ ਹਾਂ, ਅੱਜ ਵੀ ਲੜ ਰਹੇ ਹੈਗੇ ਹਾਂ, ਆਉਣ ਵਾਲੇ ਦਿਨਾਂ 'ਚ ਵੀ ਲੜਾਂਗੇ ਔਰ ਇਹੀ ਪੰਜਾਬੀ ਜਿਹੜੇ ਹੈਗੇ ਨੇ ਬਾਹਰ ਉੱਥੇ ਬੈਠੇ ਹੈਗੇ ਨੇ ਇਹੀ ਮੈਨੂੰ ਕ੍ਰਿਟੀਸਾਈਜ਼ ਕਰ ਸਕਦੇ ਹੈਗੇ ਨੇ ਔਰ ਜੇ ਮੈਂ ਮੇਰੇ 'ਚ ਕੋਈ ਕਸੂਰ ਹੋਏਗਾ ਹੈਗਾ ਇਹੀ ਮੇਰੀ ਜਿੰਦ ਜਾਨ ਹੈਗੇ ਨੇ। ਇਹਨਾਂ ਦੀ ਹਮੇਸ਼ਾ ਇਹਨਾਂ ਦੀ ਕ੍ਰਿਟੀਸਿਜ਼ਮ ਵੀ ਸਿਰ ਮੱਥੇ। ਬਹੁਤ ਲੋਕ ਜਿਹੜੇ ਹੈਗੇ ਨੇ ਮੈਨੂੰ ਆ ਕੇ ਕਹਿੰਦੇ ਨੇ ਵੀ ਸੁਖੀ ਚਾਹਲ ਸਾਹਿਬ ਯੂ ਆਰ ਰੋਂਗ ਹੇਅਰ ਐਂਡ ਆਈ ਹੈਵ ਟੂ ਐਕਸੈਪਟ ਇਟ, ਔਰ ਜਿੱਥੇ ਮੈਂ ਠੀਕ ਹੈਗਾ ਉੱਥੇ ਜਿਹੜਾ ਮੇਰੇ ਵਰਗਾ ਕੋਈ ਹੋਰ ਵੀ ਬੰਦਾ ਹੈਗਾ ਨਾ ਉਹਦੀ ਸਪੋਰਟ ਕਰੋ, ਰਲ ਮਿਲ ਕੇ ਬੈਠੋ, ਡਿਸਐਗਰੀਮੈਂਟ ਹੈਗਾ ਕੋਈ ਗੱਲ ਨਹੀਂ, ਟੇਬਲ 'ਤੇ ਬੈਠ ਕੇ ਗੱਲ ਕਰੋ ਹੈਗੋ। ਸਮੱਸਿਆ ਆਉਂਦੀਆਂ ਹੈਗੀਆਂ ਨੇ ਲੋਕਾਂ 'ਤੇ ਆਈਆਂ ਨੇ, ਕਿਸਾਨ ਐਜੀਟੇਸ਼ਨ ਐਡਾ ਵੱਡਾ ਹਿਸਟੋਰੀਕਲ ਫੈਕਟ ਬਣ ਗਿਆ, ਜਦੋਂ ਕਿਤਾਬਾਂ ਲਿਖੀਆਂ ਜਾਣਗੀਆਂ ਹੈਗੀਆਂ ਉਹਦੇ 'ਚ ਤੁਹਾਡਾ ਵੀ ਨਾਮ ਆਏਗਾ, ਸਾਡਾ ਵੀ ਨਾਮ ਆਊਗਾ, ਉਹ ਸਾਰੇ ਲੋਕਾਂ ਦਾ ਵੀ ਆਊ ਜਿਹੜੇ ਜਿਨ੍ਹਾਂ ਨੇ ਉੱਥੇ ਜਿੰਦ ਜਾਨ ਲਾ ਕੇ ਸਾਲ ਸਾਲ ਮਿਹਨਤ ਕਰੀ ਹੈਗੀ ਹੈ। ਇਸ ਕਰਕੇ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨੂੰ ਹਮੇਸ਼ਾ ਉੱਚੀਆਂ ਚੜ੍ਹਦੀਆਂ ਕਲਾਂ ਦੇ ਵਿੱਚ ਅਸੀਂ ਦੇਖਣਾ ਚਾਹੁੰਦੇ ਹੈਗੇ ਹਾਂ, ਇਹ ਮੇਰੀ ਦਿਲੋਂ ਤਮੰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ। ਸੋ ਸੁੱਖੀ ਚਾਲ ਦੇ ਨਾਲ ਅਸੀਂ ਸਵਾਲ ਜਵਾਬ ਕੀਤੇ ਔਰ ਉਹ ਸਾਰੇ ਮਸਲੇ ਬਹੁਤ ਵਾਸ ਸੀ, ਬਹੁਤ ਵੱਡੀਆਂ ਗੱਲਾਂ, ਬਹੁਤ ਸਾਰੀਆਂ ਗੱਲਾਂ ਔਰ ਬਹੁਤ ਦੇਰ ਤੱਕ ਗੱਲਾਂ ਕੀਤੀਆਂ ਨੇ। ਦਿਲ ਜਿਹੜਾ ਹੈਗਾ ਖੋਲ੍ਹ ਕੇ ਜਿਹੜਾ ਹੈਗਾ ਉਹਨਾਂ ਨੇ ਰੱਖਿਆ ਕੀ ਹੋਣਾ ਚਾਹੀਦਾ, ਕਰਨਾ ਕੀ ਚਾਹੁੰਦੇ ਨੇ, ਹੋਵੇਗਾ ਕਿਵੇਂ, ਇਸ ਦੇ ਬਾਰੇ ਵੀ ਗੱਲਬਾਤ ਹੋਈ ਹੈ। ਸਾਡੀ ਇੱਕ ਖਾਸ ਗੱਲਬਾਤ ਤੁਹਾਨੂੰ ਕਿਸ ਤਰੀਕੇ ਲੱਗੀ ਸਾਨੂੰ ਈਮੇਲ ਦੇ ਰਾਹੀਂ ਦੱਸ ਸਕਦੇ ਹੋ। ਅੱਜ ਦੀ ਇਸ ਖਾਸ ਪੇਸ਼ਕਸ਼ ਵਿੱਚ ਇੰਨਾ ਇਜਾਜ਼ਤ ਦਿਓ, ਧੰਨਵਾਦ।